ਕਿਹੜੇ ਬੰਦੇ ਇਸ ਵੇਲੇ ਰਜਾਈਆਂ ਚ ਬਹਿ ਕੇ ਤੁਹਾਡੀ ਵੀਡੀਓਜ਼ ਦੇਖ ਰਹੇ ਨੇ, ਉਹ ਕਿਵੇਂ ਮੰਗਾ ਸਕਦੇ? ਉਹ ਕਈ ਤਾਂ ਵਜਾਈ ਜਿਹਨੇ ਬੜੇ ਡਿਪੂ ਚਾਹਤ ਹੁੰਦੀ, ਬੜੇ ਡਿਪੂ ਜਾਣਾ ਰਜਾਈ ਚਾਹ ਕੇ ਪਰੇ ਮਾਰਦੇ ਆ, ਉਹ ਨੱਠੇ ਆਉਂਦੇ ਠੰਡ ਵੀ ਨਹੀਂ ਦੇਖਦੇ ਹੈਗੇ। ਕਿੰਨਾ ਪਿਆਰਾ ਵਰਕ ਹੈਗਾ ਤੇ ਕਿੰਨਾ ਸੋਹਣਾ ਫਰੰਟ ਹੈਵੀ ਹੈਗਾ ਆ। ਬਾਹਰ ਮਿਲਦਾ ਹੈਗਾ ਕੋਈ ਦਿੰਦਾ 2500, ਕੋਈ ਦਿੰਦਾ 2800 ਰੁਪਈਆ, ਅਸੀਂ ਦੇਣਾ ਸਿਰਫ 1300 ਰੁਪਏ ਚ ਆਪਣਾ। ਜਿਹੜਾ ਸਾਡੀ ਵੀਡੀਓ ਵੱਧ ਤੋਂ ਸ਼ੇਅਰ ਕਰੂੰਗਾ, ਲਾਈਕ ਕਰੂੰਗਾ, ਵਧੀਆ ਵਧੀਆ ਕਮੈਂਟ ਕਰੂੰਗਾ, ਇਹ ਨਾਲ ਆਪਾਂ 5 ਗਿਫਟ ਕਰ ਦੇਣੇ ਹੈਗੇ, 5 ਇਕੱਠੇ ਕਰਨੇ ਹੈਗੇ। ਕਿੰਨੇ ਕੁ ਪ੍ਰਾਈਸ ਰੇਂਜ ਤੁਹਾਨੂੰ ਲੱਗ ਰਿਹਾ ਕਿ ਸਸਤੇ ਹੈਗੇ? ਬੜਾ ਡਿਪੂ ਕਹਿੰਦੇ ਕਿ ਉਹਨਾਂ ਦੇ ਪ੍ਰਾਈਸਿਸ ਬਾਕੀਆਂ ਨਾਲੋਂ ਸਸਤੇ ਨੇ। ਹਾਂਜੀ, ਫਰਕ ਹੈ। ਕਿੰਨੇ ਕੁ ਦੀ ਸ਼ੋਪਿੰਗ ਕਰਕੇ ਜਾਂਦੇ ਤੁਸੀਂ ਹਰ ਵਾਰੀ? ਪਹਿਲਾਂ ਤਾਂ ਵਿਆਹ ਲਈ ਸ਼ੋਪਿੰਗ ਕਰਕੇ ਗਏ ਸੀਗੇ, ਹਾਂਜੀ, ਸਾਰੇ ਕੱਪੜੇ ਇੱਥੋਂ ਹੀ ਲੈ ਕੇ ਗਏ ਆ ਤੇ ਹੁਣ ਵੀ ਵਿਆਹ ਲਈ ਸ਼ੋਪਿੰਗ ਕਰਨ ਆਏ ਆ। ਦਿਹਾੜੀ ਦੇ ਰੋਜ਼ ਦੇ 25,000 ਤੋਂ 30,000 ਸੂਟ ਵੇਚ ਕੇ ਜਾਣਾ ਹੁੰਦਾ, ਸੋ 5 ਤੋਂ 10 ਰੁਪਏ ਪ੍ਰੋਫਿਟ ਨਾਲ ਸਾਡੇ ਬਹੁਤ ਪੈਸੇ ਬਣ ਜਾਂਦੇ, ਇਸ ਕਰਕੇ ਸਾਨੂੰ ਕੋਈ ਹੇਰਾਫੇਰੀ ਕਰਨ ਦੀ ਲੋੜ ਨਹੀਂ ਪੈਂਦੀ। ਸਵੇਰੇ 9 ਵਜੇ ਆਉਣ ਦੇ ਬਾਵਜੂਦ ਵੀ ਜਿੰਨੀ ਦੇਰ 'ਚ ਮੈਂ ਇੰਟਰਵਿਊ ਕਰਦੀ ਆ ਨਾ, ਉਨੀ ਦੇਰ 'ਚ ਇਹ ਜਿੰਨੇ ਵੀ ਸੂਟ ਨੇ ਨਾ, ਇਹ ਸਾਰੇ ਦੇ ਸਾਰੇ ਵਿਕ ਜਾਂਦੇ ਆ, ਅਤੇ ਮੈਂ ਹਰ ਵਾਰੀ ਨਾ ਮੂੰਹ ਲਟਕਾ ਕੇ ਮੈਨੂੰ ਘਰੇ ਵਾਪਸ ਜਾਣਾ ਪੈਂਦਾ ਕਿ ਜਿਹੜੇ ਸੂਟ ਮੈਂ ਡਿਸਾਈਡ ਕੀਤੇ ਸੀ ਉਹ ਕਿੱਥੇ ਜਾ ਚੁੱਕੇ ਆ। ਕਲਰ ਤੁਹਾਨੂੰ ਵੱਖੋ ਵੱਖਰੇ ਮੈਣੇ ਹੈਗੇ, ਡਿਜ਼ਾਇਨ ਤੁਹਾਨੂੰ ਵੱਖੋ ਵੱਖਰੀ ਮੈਣੀ ਹੈਗੀ, ਸਿਰਫ 350 ਦਾ। ਸ਼ੀਸ਼ੇ ਦਾ ਸੂਟ ਆ ਚੁੱਕਾ ਹੈਗਾ, ਤੁਹਾਨੂੰ ਆਪਾਂ ਸ਼ੀਸ਼ੇ ਦਾ ਸੂਟ ਦੇਣਾ ਹੈਗਾ ਜਿਹੜਾ 1500 ਮਿਲਦਾ, ਆਪਾਂ ਤੁਹਾਨੂੰ ਦੇਣਾ ਸਿਰਫ 695 ਰੁਪਏ 'ਚ। ਤੁਸੀਂ ਨਾ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਕਰਿਆ ਕਰੋ, ਤੁਸੀਂ ਕੀ ਕਰਦੇ ਫੋਟੋ ਖਿੱਚ ਕੇ ਆਪਣੇ ਕੋਲ ਰੱਖੀ ਰੱਖਦੇ, ਮੋਬਾਈਲ 'ਚ ਲੈਣ ਵਾਲੀ ਚੀਜ਼ਾਂ ਵਿਕ ਜਾਣੀਆਂ ਹੈਗੀਆਂ। 695 ਦੇ ਵਿੱਚ ਤੁਹਾਨੂੰ ਸ਼ੋਲ ਵੀ ਨਾਲ ਮਿਲ ਰਹੀ ਹੈ, ਕਿਤੇ 500 ਰੁਪਏ ਦੀ ਤੁਹਾਨੂੰ ਸ਼ੋਲ ਹੀ ਮਿਲ ਰਹੀ ਹੈ, 500 ਮੈਂ ਬਹੁਤ ਘੱਟ ਪ੍ਰਾਈਸ ਦੱਸ ਰਹੀ ਹਾਂ। ਆ ਦੇਖੋ ਸ਼ੋਲ, ਦੇਖੋ ਕਿੰਨਾ ਤੁਹਾਨੂੰ ਮੈਚਿੰਗ ਆ ਚੁੱਕਾ, ਬਹੁਤ ਜ਼ਿਆਦਾ ਜੀ ਵਰਾਇਟੀ ਆ ਚੁੱਕੀ ਹੈਗੀ ਆ। ਸ਼ੋਲ ਵੀ ਨਾਲ ਦੇਣਾ ਤੇ ਕੱਪੜਾ ਇੰਨਾ ਜ਼ਿਆਦਾ ਸੌਫਟ ਹੈ, ਵੈਲਵੇਟ ਹੈ, ਠੰਡ ਨਹੀਂ ਲੱਗਣ ਵਾਲੀ, ਘੱਟੋ ਘੱਟ 3500। ਘੱਟੋ ਘੱਟ ਅਸੀਂ ਦੇਣਾ ਸਿਰਫ 1300 ਤੇ 50 ਰੁਪਏ ਵਿੱਚ। 1350 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਾ, ਮੈਂ ਸ਼ੌਕ ਹੋ ਜਾਂਦੀ ਹਾਂ ਇੱਥੇ ਬੈਠੀ ਬੈਠੀ। ਪਰਫਿਊਮ ਲਾਉਣ ਦੀ ਲੋੜ ਨਹੀਂ ਪੈਣੀ, ਫੁੱਲ ਵੀ ਮਹਿਕਣ ਲੱਗ ਪੈਣੇ ਹੈਗੇ ਆ। ਤੁਸੀਂ ਕਹਿਣਾ ਅਸੀਂ ਤਾਂ ਪਰਫਿਊਮ ਲਾਏ ਨੀ, ਖੁਸ਼ਬੂ ਕਿੱਥੋਂ ਆਉਂਦੀ ਹੈ ਨਹੀਂ ਪਤਾ, ਫੁੱਲੇ ਮਹਿਕੀ ਜਾਂਦੇ ਆ। ਲੋਕਾਂ ਨੇ ਤੁਹਾਨੂੰ ਕਹਿਣਾ ਤੈਨੂੰ ਫੁੱਲਾਂ ਵਰਗੀ ਕਹੀਏ ਜਾਂ ਫੁੱਲ ਤੇਰੇ ਵਰਗੇ। ਆਰਟੀਕਲ ਉਹ ਅਜੇ ਕੱਢ ਰਹੇ ਤੇ ਮੇਰੀ ਅੱਖਾਂ ਪਹਿਲਾਂ ਹੀ ਉੱਥੇ ਟਿਕ ਚੁੱਕੀਆਂ ਨੇ ਕਿ ਕਿੰਨਾ ਸੋਹਣਾ ਆਰਟੀਕਲ ਕੱਢ ਰਹੇ ਆ ਜੀ। ਦੇਖੋ ਲੌਂਗ ਡਰੈਸ ਆ ਚੁੱਕੀ ਹੈਗੀ ਹੈ, ਕਿੰਨਾ ਪਿਆਰਾ ਫਰੰਟ ਹੈਗਾ, ਫਰੰਟ ਬੈਕ ਸੇਮ ਹੈਗਾ ਹੈ, ਬਾਹਰ 2500, 3000, 3500, 4000 ਮੰਗਦੇ ਆ, ਅਸੀਂ ਦੇਣਾ ਸਾਰੇ ਤੁਹਾਨੂੰ 1500 ਰੁਪਏ 'ਚ ਆਪਣਾ ਰੈਂਟ ਦੇ ਨਹੀਂ ਆਪਣਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹਕੀਕਤ ਟੀਵੀ ਪੰਜਾਬੀ ਦੇਖ ਰਹੇ 7 ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਨੰਦਨੀ ਅਰੋੜਾ। ਅਤੇ ਤੁਸੀਂ ਸੋਚ ਰਹੇ ਹੋਣੇ ਹੋ ਕਿ ਮੇਰੇ ਹੱਥ 'ਚ ਇੰਨੇ ਸਾਰੇ ਸੋਹਣੇ ਸੋਹਣੇ ਸੂਟ ਕਿਉਂ ਨੇ? ਚੱਕਰ ਪਤਾ ਕੀ ਹੈ, ਆਪਾਂ ਜਦ ਵੀ ਵੱਡੇ ਡਿਪੂ 'ਤੇ ਆਉਂਦੇ ਹਾਂ ਤਾਂ ਆਪਾਂ ਆਉਂਦੇ ਹਾਂ ਸਵੇਰੇ ਤੜਕੇ, ਅਤੇ ਸਵੇਰੇ 9 ਵਜੇ ਆਉਣ ਦੇ ਬਾਵਜੂਦ ਵੀ ਜਿੰਨੀ ਦੇਰ 'ਚ ਮੈਂ ਇੰਟਰਵਿਊ ਕਰਦੀ ਹਾਂ ਨਾ, ਉਨੀ ਦੇਰ 'ਚ ਇਹ ਜਿੰਨੇ ਵੀ ਸੂਟ ਨੇ ਨਾ, ਇਹ ਸਾਰੇ ਦੇ ਸਾਰੇ ਵਿਕ ਜਾਂਦੇ ਆ, ਅਤੇ ਮੈਂ ਹਰ ਵਾਰੀ ਨਾ ਮੂੰਹ ਲਟਕਾ ਕੇ ਮੈਨੂੰ ਘਰੇ ਵਾਪਸ ਜਾਣਾ ਪੈਂਦਾ ਕਿ ਜਿਹੜੇ ਸੂਟ ਮੈਂ ਡਿਸਾਈਡ ਕੀਤੇ ਸੀ ਉਹ ਕਿੱਥੇ ਜਾ ਚੁੱਕੇ ਆ, ਕਿਉਂ ਜੀ? ਜੀ ਬਿਲਕੁਲ, ਤੁਸੀਂ ਇਹ ਗੱਲ ਕਰਦੇ ਆ, ਮਾਰੇ ਇੱਥੇ ਫੋਟੋ ਖਿੱਚੇ ਖੇ ਨਾਲੇ ਚੀਜ਼ਾਂ ਵਿਕ ਜਾਣੀ ਹੈਗੀਆਂ, ਠੀਕ ਹੈ, ਅਤੇ ਤੁਹਾਨੂੰ ਪਤਾ ਵੱਡੇ ਡਿਪੂ ਫੈਮਿਲੀ ਕੰਪਲੀਟ ਸ਼ੋਰ ਮੈਂ ਆਪਾਂ ਨਵੀਂ ਨਵੀਂ ਅਪਡੇਟ ਪਾਈ ਦੀ ਹੈਗੀ ਹੈ, ਨਾਲੇ ਤੁਹਾਨੂੰ ਪਤਾ ਸਾਈਡ 'ਤੇ ਕਰਾਉਂਦੇ ਸਕਰੀਨਸ਼ੋਟ ਭੇਜ ਕੇ, ਤੁਸੀਂ ਵੀ ਦੇਖ ਲਓ, ਤੁਸੀਂ ਕਿਤੇ ਪਿੱਛੇ ਨਾ ਰਹਿ ਜਾਓ ਅਤੇ ਆਪਾਂ ਦੇਖਦੇ ਹਾਂ ਸੋਹਣੀ ਸੋਹਣੀ ਵਰਾਇਟੀ, ਕਿਉਂਕਿ ਵੈਡਿੰਗ ਸੀਜ਼ਨ ਆ ਚੁੱਕਿਆ, ਤਾਂ ਸਭ ਤੋਂ ਔਖਾ ਕੰਮ ਜਿਹੜਾ ਹੁੰਦਾ ਉਹ ਹੁੰਦਾ ਸਸਤੇ ਸੂਟ ਲੱਭਣੇ, ਅਤੇ ਦੇਖਦੇ ਵੱਡੇ ਡਿਪੂ ਕੋਲ ਕਿੰਨੇ ਕੁ ਸਸਤੇ ਪ੍ਰਾਈਜ਼ ਨੇ ਅਤੇ ਕਿੰਨੀ ਕੁ ਸੋਹਣੀ ਵਰਾਇਟੀ ਆਈ। ਦੇਖੋ ਜੀ, 350 ਦੇ ਸਾਕੋ ਸ਼ੁਰੂ ਹੁੰਦੇ ਸੂਟ, ਦੇਖੋ 350 ਦੇ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈਗੇ, ਕਲਰ ਤੁਹਾਨੂੰ ਵੱਖੋ ਵੱਖਰੇ ਮੈਣੇ ਹੈਗੇ, ਡਿਜ਼ਾਇਨ ਤੁਹਾਨੂੰ ਵੱਖੋ ਵੱਖਰੀ ਮੈਣੀ ਹੈਗੀ, ਸਿਰਫ 350 ਦਾ, ਬਾਹਰ 500 ਘੱਟ ਨਹੀਂ ਮਿਲਣਾ, ਸਾਕੋ 350 ਦਾ ਲੈ ਕੇ ਜਾ ਸਕਦੇ ਤੁਸੀਂ। 350 ਦੇ ਵਿੱਚ ਇਹੋ ਜਿਹੇ ਕਲਰ ਅਤੇ ਇਹੋ ਜਿਹੀ ਵਰਾਇਟੀ ਤੁਹਾਨੂੰ ਕਿੱਧਰੋਂ ਨਹੀਂ ਮਿਲਣੀ, 350 ਦੇ ਪ੍ਰਾਈਸ ਰੇਂਜ ਸਟਾਰਟਿੰਗ ਪ੍ਰਾਈਸ ਹੈ, ਤਾਂ ਤੁਸੀਂ ਦੇਖ ਸਕਦੇ ਹੋ ਕੱਪੜਾ ਵੀ ਬਹੁਤ ਸੋਹਣਾ। ਆਹ ਦੇਖੋ ਕਿੰਨੇ ਸੋਹਣੇ ਸੂਟ ਆ ਚੁੱਕੇ, ਕਰੀਬ ਦਾ ਸੂਟ ਆ, 5 ਮੀਟਰ ਦਾ, ਆਪਾਂ ਦੇਣਾ ਸਿਰਫ 500 ਅਤੇ 50 ਰੁਪਏ ਵਿੱਚ, ਰੰਗ ਡਿਜ਼ਾਇਨ ਤੁਹਾਨੂੰ ਵੱਖੋ ਵੱਖਰੇ 'ਚ ਮਿਲਣੇ ਹੈਗੇ ਆ।
ਤੇ ਕਲਰਸ ਤੁਸੀਂ ਆਪਣੇ ਅਕੋਰਡਿੰਗ ਚੂਜ਼ ਕਰ ਸਕਦੇ ਹੋ ਕਿ ਤੁਹਾਨੂੰ ਕਿਹੋ ਜਿਹੇ ਕਲਰਸ ਚਾਹੀਦੇ ਹੈ, ਤੇ ਕਲਰ ਤੁਸੀਂ ਦੇਖ ਸਕਦੇ ਹੋ ਕਾਫੀ ਵਾਈਬ੍ਰੈਂਟ ਆਏ ਹੋਏ ਆ। ਜੇਕਰ ਆਪਾਂ ਹਰਜੀਤ ਦੀ ਗੱਲ ਕਰੀਏ ਤਾਂ ਜੈਂਟਲੀ ਜੈਂਟਲੀ ਸ਼ੇਡਸ ਆਏ ਹੋਏ ਨੇ। ਆ ਦੇਖੋ ਮਹਾਰਾਜ, ਸ਼ੀਸ਼ੇ ਦਾ ਸੂਟ ਆ ਚੁੱਕਾ ਹੈਗਾ, ਤੁਹਾਨੂੰ ਆਪਾਂ ਸ਼ੀਸ਼ੇ ਦਾ ਸੂਟ ਦੇਣਾ ਹੈਗਾ ਜਿਹੜਾ 1500 ਮਿਲਦਾ, ਆਪਾਂ ਤੁਹਾਨੂੰ ਦੇਣਾ ਸਿਰਫ 695 ਰੁਪਏ 'ਚ। ਗੱਲ ਬਿਲਕੁਲ ਸਹੀ ਹੈ, 1500 ਵਾਲਾ ਸੂਟ 695 ਦੀ ਰੇਂਜ ਦੇ ਵਿੱਚ, ਅਤੇ ਤੁਸੀਂ ਕਲਰ ਦੇਖ ਸਕਦੇ ਹੋ ਕਿੰਨਾ ਸੋਹਣਾ, ਵਰਕ ਕਿੰਨਾ ਸੋਹਣਾ ਹੋਇਆ ਹੋਇਆ, ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਜਚਨ ਵਾਲਾ ਇਹ ਸੂਟ ਤੁਹਾਡੇ 'ਤੇ, ਤੇ ਮਿਰਰ ਵਰਕ ਹੋਇਆ ਹੋਇਆ ਪ੍ਰੋਪਰ, ਤੇ ਦੁਪੱਟਾ ਵੀ ਬਹੁਤ ਸੋਹਣਾ, ਕਲਰ ਤੁਹਾਨੂੰ ਵੱਖੋ ਵੱਖਰੇ ਮਿਲਣੇ ਵੀ ਬਹੁਤ ਸੋਹਣਾ ਪੀਸ ਹੈਗਾ। 2700-2250 ਘੱਟ ਨਹੀਂ ਮਿਲਦਾ ਹੈਗਾ, ਇਹ ਆਪਾਂ 695 ਜੇ ਵੀ ਦੇਣਾ ਹੈਗਾ। 695 'ਚ ਇੰਨੀ ਸੋਹਣੀ ਵਰਾਈਟੀ ਮਿਲਣ ਵਾਲੀ ਹੈ, ਤੁਸੀਂ ਵੀ ਦੇਖ ਲਓ, ਸਕਰੀਨਸ਼ਾਟ ਮਾਰ ਕੇ ਰੱਖ ਲਿਓ, ਕਿਤੇ ਤੁਸੀਂ ਨਾ ਲੇਟ ਹੋ ਜਾਓ। ਬਾਕੀ ਤੁਸੀਂ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਕਰਿਆ ਕਰੋ, ਤੁਸੀਂ ਕੀ ਕਰਦੇ ਫੋਟੋ ਖਿੱਚ ਕੇ ਆਪਣੇ ਕੋਲ ਰੱਖੀ ਰੱਖਦੇ, ਮੋਬਾਈਲ 'ਚ ਲੈਣ ਵਾਲੀ ਚੀਜ਼ਾਂ ਵਿਕ ਜਾਣੀ ਹੈਗੀਆਂ। ਤੁਹਾਨੂੰ ਪਤਾ ਸਾਨੂੰ ਲੱਖਾਂ ਲੋਕ ਫੋਲੋ ਕਰਦੇ ਹੈਗੇ ਆ, ਅਤੇ ਆਪਣੀ ਚੁਆਈ ਦੇ ਕੋਲ ਜਿੱਦਣ ਚਾਹੀ ਚੀਜ਼ ਘਰ ਵੀ ਮੰਗਵਾਉਂਦੇ, ਆ ਕੇ ਲੈ ਕੇ ਵੀ ਜਾ ਸਕਦੇ ਆ। ਦੇਖੋ ਵਿੰਟਰ ਦਾ ਚੱਲਦਾ ਨਾ ਸੀਜ਼ਨ ਕਰਕੇ, ਵਿੰਟਰ ਵਿੱਚ ਵਰਾਇਟੀ ਬਹੁਤ ਜ਼ਿਆਦਾ ਆ ਚੁੱਕੀ ਹੈਗੀ। ਦੇਖੋ ਕਿੰਨਾ ਸੋਹਣਾ ਘੇਰਾ ਬਣਿਆ ਹੈ, ਨੈਕ ਬਣਿਆ ਹੈ, ਦਰਵਾਜੂ ਆ, ਅਤੇ ਨਾਲ ਦੇਖੋ ਸ਼ਾਲ ਕਿੰਨਾ ਸੋਹਣਾ ਆ ਚੁੱਕਾ। ਆਪਾਂ ਸ਼ਾਲ ਦੇ ਜਿਹੜੇ ਤੁਹਾਨੂੰ 695 'ਚ, 695 ਦੇ ਵਿੱਚ ਸ਼ਾਲ ਵੀ ਅਤੇ ਪੂਰਾ ਸੂਟ ਵੀ। ਬਿਲਕੁਲ ਬਿਲਕੁਲ, ਇਹ ਤਾਂ ਚੀਜ਼ ਇੰਪੋਸੀਬਲ ਵਾਲੀ ਗੱਲ ਕਰਤੀ ਹੈ ਵੱਡੇ ਡੀਪੂ ਨੇ, ਬਟ ਤੁਹਾਨੂੰ ਸ਼ਾਲ ਵੀ ਮਿਲ ਜਾਣੀ ਹੈ ਅਤੇ ਕੱਪੜਾ ਵੀ ਮਿਲ ਜਾਣਾ, ਅਤੇ ਉਹ ਵੀ ਵਿੰਟਰ ਵਾਲਾ, ਮਤਲਬ ਤੁਹਾਨੂੰ ਠੰਡ ਨਹੀਂ ਲੱਗਣ ਵਾਲੀ ਇਹ ਸੂਟ। 1 buy get 1 ਫ੍ਰੀ ਵਾਲਾ ਕੰਮ ਹੋਣਾ। ਦੇਖੋ ਨਾਲ ਕਿੰਨੇ ਕਿੰਨੇ ਸੋਹਣੇ ਆਰਟੀਕਲ ਹੈਗੇ, ਦੇਖੋ ਨੈਕਲੈਸ ਕਿੰਨਾ ਵਧੀਆ ਬਣਿਆ ਹੈਗਾ, ਅਤੇ ਨਾਲ ਦੇਖੋ ਘੇਰਾ ਵੀ ਕਿੰਨਾ ਟੋਰੀ ਹੈਗਾ, ਇਹ ਵੀ 695 ਦੇਣਾ ਹੈਗਾ ਤੁਹਾਨੂੰ। ਮੈਂ ਇਸ ਵੇਲੇ ਫੈਬਰਿਕ ਨੂੰ ਫੀਲ ਕਰਕੇ ਦੱਸ ਸਕਦੀ ਹਾਂ ਕਿ ਤੁਹਾਨੂੰ ਇਸ ਫੈਬਰਿਕ 'ਚ ਠੰਡ ਨਹੀਂ ਲੱਗਣ ਵਾਲੀ, ਅਤੇ 695 ਦੇ ਵਿੱਚ ਤੁਹਾਨੂੰ ਸ਼ਾਲ ਵੀ ਨਾਲ ਮਿਲ ਰਹੀ ਹੈ, ਕਿਤੇ 500 ਰੁਪਏ ਦੀ ਤੁਹਾਨੂੰ ਸ਼ਾਲ ਹੀ ਮਿਲ ਰਹੀ, ਅਤੇ 500 ਮੈਂ ਬਹੁਤ ਘੱਟ ਪ੍ਰਾਈਸ ਦੱਸ ਰਹੀ ਹਾਂ। ਆ ਦੇਖੋ ਸ਼ਾਲ, ਦੇਖੋ ਕਿੰਨਾ ਸੋਹਣਾ ਮੈਚਿੰਗ ਆ ਚੁੱਕਾ, ਬਹੁਤ ਜ਼ਿਆਦਾ ਜੋ ਵਰਾਇਟੀ ਆ ਚੁੱਕੀ ਹੈਗੀ ਆ। ਤੁਹਾਨੂੰ ਕਲਰ ਕੰਟਰਾਸਟ ਦੇ ਹਿਸਾਬ ਨਾਲ ਸ਼ਾਲ ਵੀ ਮਿਲ ਜਾਣੇ, ਤੁਸੀਂ ਕੱਪੜਾ ਆਪਣੇ ਅਕੋਰਡਿੰਗ ਚੂਜ਼ ਕਰ ਸਕਦੇ ਹੋ, ਕਲਰ 'ਚ ਚੂਜ਼ ਕਰ ਸਕਦੇ ਹੋ। ਅਭੀ 695 ਡੀ ਆ, ਨਹੀਂ ਦੇਖੋ ਕਿੰਨੀ ਕਿੰਨੀ ਸੁਪਰ ਆ ਚੁੱਕੇ ਕਲਰ, ਆਪਾਂ ਤੁਹਾਨੂੰ ਉਦੋਂ ਦੇਣੇ ਹੈਗੇ ਜਿਹੜੇ ਤੁਹਾਡੇ ਕੋਲ ਅਲਮਾਰੀਆਂ ਵਿੱਚ ਨਹੀਂ ਹੈਗੇ ਕਲਰ, ਆਪਾਂ ਉਹ ਤੁਹਾਨੂੰ ਕਲਰ ਦੇਣੇ ਹੈਗੇ ਆ। ਤੇ ਜੇਕਰ ਤੁਸੀਂ ਇਹ ਬਾਈ ਚਾਂਸ ਵਿਆਹ ਤੇ ਪਾ ਕੇ ਚੱਲ ਗਏ ਤਾਂ ਤੁਸੀਂ ਦੂਰੋਂ ਹੀ ਲਿਸ਼ਕਾਂ ਮਾਰਦੇ ਆਣੇ, ਤੇ ਲੋਕਾਂ ਨੇ ਪੁੱਛਣਾ ਇਹ ਕਲਰ ਕਿੱਧਰੋਂ ਲਿੱਤਾ ਹੈ। ਮੇਰਾ ਬੱਡੇ ਦੀਪੂ, ਤੁਹਾਨੂੰ ਪਤਾ ਕੱਪੜੇ ਪਛਾਣ ਪੱਖਰੀ ਹੋ ਜਾਂਦੀ ਹੈਗੀ ਆ, ਠੀਕ ਹੈ, ਤੁਹਾਨੂੰ ਪਤਾ ਕਿ ਬੱਡੇ ਡੀਪੂ ਲਏ ਹੋ, ਕਿੰਨੇ ਕਿੰਨੇ ਸੋਹਣੇ ਕਲਰ ਹੈਗੇ ਬੱਡੇ ਡੀਪੂ ਤੇ ਮਿਲਦੇ ਹੈਗੇ। ਦੇਖੋ 695 ਵਿੱਚ ਕਿੰਨੇ ਕਿੰਨੇ ਸੋਹਣੇ ਸੂਟ ਆ, ਇਹ ਹੈਗਾ 1050 ਰੁਪਏ ਵਿੱਚ ਹੀ। ਹਜੇ ਹਜੀ ਜੀ ਨੇ ਮੈਨੂੰ ਕਿਹਾ ਸੀਗਾ ਕਿ ਇਹੋ ਜਿਹੇ ਕਲਰਸ ਹੈਗੇ ਸਾਡੇ ਕੋਲ ਜਿਹੜੇ ਤੁਹਾਨੂੰ ਯੂਜਲੀ ਨਹੀਂ ਮਿਲਣ ਵਾਲੇ, ਤੇ ਤੁਸੀਂ ਇਹ ਕਲਰ ਵੱਲ ਦੇਖੋ, ਇਹ ਕਲਰ ਤੁਹਾਨੂੰ ਕਿਧਰੋਂ ਵੀ ਨਹੀਂ ਮਿਲਣ ਵਾਲਾ, ਇਹ ਕਲਰ ਬਹੁਤ ਜ਼ਿਆਦਾ ਮੁਸ਼ਕਿਲ ਨਾਲ ਮਿਲਦਾ, ਬਟ 1000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ, ਇਸ ਤੋਂ ਬਾਅਦ ਕੁਛ ਨਹੀਂ ਹੋ ਸਕਦਾ। ਮੈਂ 1700-1800 ਘੱਟ ਨਹੀਂ ਦਿੰਦੇ ਇਹ, ਆਪਾਂ ਤੁਹਾਨੂੰ ਦੇਣਾ ਕਰੇਬ ਦਾ ਸੂਟ ਆ, ਸਿਰਫ 1050 ਰੁਪਏ ਵਿੱਚ ਦੇਣਾ ਹੈਗਾ। ਇੰਨਾ ਮਾਰਾ ਬੀਬੀਆਂ ਨੂੰ, ਇੰਨਾ ਮਾਰਾ ਬੱਚਿਆਂ ਨੂੰ ਨਾਨਕੇ ਜਾਣ ਦਾ ਚਾਅ ਨਹੀਂ ਹੁੰਦਾ ਛੁੱਟੀਆਂ ਵਿੱਚ, ਜਿੰਨਾ ਬੀਬੀਆਂ ਨੂੰ ਮਾਰਾ ਵੱਡੀ ਪਾਉਣ ਦਾ ਚਾਅ ਹੁੰਦਾ, ਸਵੇਰੇ ਟੈਂਪੂ ਫੜ ਕੇ ਬੱਸਾਂ ਵੱਲ ਆਉਣੀਆਂ। ਕਈ ਬੀਬੀਆਂ ਨਵਾਂ ਨਵਾਂ ਆਧਾਰ ਕਾਰਡ ਬਣਾਏ ਵਿਚਾਰੀਆਂ ਨੇ, ਆਧਾਰ ਕਾਰਡ ਲੈ ਕੇ ਚੜ੍ਹਨਾ ਹੁੰਦਾ ਬੱਸੇ ਵਿੱਚ, ਟੈਂਪੂ ਚੜ੍ਹ ਜਾਂਦੀ ਆ ਉਹ, ਉਹ ਕਹਿੰਦੇ ਸਾਨੂੰ ਆਧਾਰ ਕਾਰਡ ਲੈ ਲਓ, ਕਹਿੰਦੇ ਬੀਬੀ ਸਾਡੇ ਆਧਾਰ ਕਾਰਡ ਟੈਂਪੂ 'ਚ ਬੱਸੇ ਚੱਲਦਾ ਹੈਗਾ, ਕਿਉਂਕਿ ਇੱਦਾਂ ਭੁਲੇਖਾ ਵੀ ਕਿਵੇਲੇ ਪੈ ਜਾਂਦਾ ਬੀਬੀਆਂ ਨੂੰ। ਗੱਲ ਤਾਂ ਬਿਲਕੁਲ ਸਹੀ ਹੈ, ਆਪਾਂ ਹਜੇ ਤਾਂ ਰਾਹ 'ਚ ਸੋਚ ਹੀ ਰਹੇ ਸੀਗੇ ਕਿ ਆਪਾਂ ਇੱਧਰ ਫਿਰ ਵੀ ਤੜਕੇ ਆ ਜਾਂਦੇ ਹਾਂ, ਬਟ ਇੱਧਰ ਆ ਕੇ ਦੇਖੋ ਤਾਂ ਬੀਬੀਆਂ ਪਹਿਲਾਂ ਹੀ ਪਹੁੰਚੀਆਂ ਹੁੰਦੀਆਂ ਨੇ। ਕਿਉਂ? ਕਿਉਂਕਿ ਇੰਨੇ ਸਸਤੇ ਸੂਟ ਮਿਲ ਰਹੇ ਹੁੰਦੇ ਆ, ਇੰਨੀ ਠੰਡ 'ਚ ਵੀ 7-8 ਵਜੇ ਇੱਧਰ ਰਸ਼ ਲੱਗਣਾ ਸ਼ੁਰੂ ਹੋ ਜਾਂਦਾ। ਬਿਲਕੁਲ ਬਿਲਕੁਲ, ਦੇਖੋ ਕਈ ਬੀਬੀਆਂ ਨੂੰ ਪਤਾ ਰਸ਼ ਜ਼ਿਆਦਾ ਹੁੰਦਾ, ਬੈਠਣ ਜਗ੍ਹਾ ਨਹੀਂ ਹੁੰਦੀ, ਵਿਚਾਰੀ ਘਰੋਂ ਫੱਟੇ ਲੱਗੇ ਆਏ ਨਹੀਂ ਹੈਗੀਆਂ। ਆ ਵੀ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ, 1250 ਰੁਪਏ ਵਿੱਚ ਕਰੇਬ ਦਾ ਸੂਟ ਆ ਚੁੱਕਾ ਹੈਗਾ। 1250 ਦੀ ਰੇਂਜ ਦੇ ਵਿੱਚ ਕਲਰ ਬਹੁਤ ਸੋਹਣਾ, ਅਤੇ ਤੁਸੀਂ ਦੇਖ ਸਕਦੇ ਹੋ ਦੁਪੱਟਾ ਬਹੁਤ ਸੋਹਣਾ, ਇਕੱਲੇ ਦੁਪੱਟੇ ਹੀ ਸਾਨੂੰ ਬਹੁਤ ਜ਼ਿਆਦਾ ਮਹਿੰਗੇ ਮਿਲ ਜਾਂਦੇ ਆ, ਅਤੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਅਤੇ ਕਿੰਨਾ 1250 ਦੀ ਰੇਂਜ ਦੇ ਵਿੱਚ ਮਿਲ ਜਾਂਦਾ, ਕਿਸੇ ਨੇ ਮੱਥਾ ਦੇਖ ਕੇ ਬਿੰਦੀ ਨਹੀਂ ਲਾਣੀ, ਜਿਹੜਾ ਪ੍ਰਾਈਸ ਲੱਗਿਆ ਹੋਇਆ ਉਹੀ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣਾ। ਮਾਰਾ ਮੱਥਾ ਦੇਖ ਕੇ ਬਿੰਦੀ ਲਾਉਣਾ ਕੰਮ ਹੀ ਨਹੀਂ, ਕਿਉਂਕਿ ਬਿੰਦੀ ਆਪਾਂ ਪਹਿਲੇ ਲਾਈਓ ਮੱਥੇ 'ਤੇ, ਪਰ ਇਹ ਵੀ ਦੇਣਾ ਆਪਾਂ ਮਾਰਾ 2500 ਸਿਰਫ 1250 ਰੁਪਏ 50 ਰੁਪਏ ਵਿੱਚ। ਨਾ ਦੇਖੋ ਘੇਰਾ ਕਿੰਨਾ ਵਧੀਆ, ਨਾ ਦੇਖੋ ਵਾਜੂ ਕਿੰਨੀ ਟੋਰੀ ਆ ਚੁੱਕੀ ਹੈਗੀ ਆ, ਦੁਪੱਟੇ ਨਾਲ ਮੈਚਿੰਗ ਆ ਚੁੱਕੇ ਹੈਗੇ ਜਿਹਦੇ, ਤੁਹਾਨੂੰ ਸਲੀਵ 'ਤੇ ਵੀ ਵਰਕ ਮਿਲ ਜੂਗਾ, ਤੁਹਾਨੂੰ ਘੇਰੇ 'ਤੇ ਵੀ ਵਰਕ ਮਿਲ ਜਾਣਾ, ਅਤੇ ਨਾਲ ਤੁਹਾਨੂੰ ਮਿਲ ਜਾਣਾ ਕੰਟਰਾਸਟ ਦੇ ਵਿੱਚ ਦੁਪੱਟਾ, ਜਿੰਨੀ ਜਿਹੜੇ ਰੰਗ ਦੀਆਂ ਅੰਬੀਆਂ ਬਣੀਆਂ ਹੋਈਆਂ ਨੇ ਉਹ ਕਲਰ ਦੀ ਤੁਹਾਨੂੰ ਦੁਪੱਟੇ ਵੀ ਮਿਲ ਜਾਣੇ, ਅਤੇ ਤੁਸੀਂ ਦੂਰੋਂ ਫੱਬਣਾ। ਆ ਦੇਖੋ ਵੈਲਵਟ ਦਾ ਸੂਟ ਆ ਚੁੱਕਾ, ਕਿੰਨਾ ਪਿਆਰਾ ਸੂਟ ਆ ਚੁੱਕਾ ਹੈਗਾ, ਕਿੰਨੇ ਕਿੰਨੇ ਸੋਹਣੇ। ਰੁਕੋ, ਮੈਂ ਇਹਦਾ ਪ੍ਰਾਈਸ ਗੈਸ ਕਰਨਾ। ਦੇਖੋ ਵੈਲਵਟ ਦਾ ਸੂਟ ਹੈ ਅਤੇ ਵਰਕ ਹੋਇਆ, ਬਹੁਤ ਸੌਫਟ ਕੱਪੜਾ ਹੈ, ਅਤੇ ਇਹਦਾ ਪ੍ਰਾਈਸ ਘੱਟੋ ਘੱਟ ਹੋਣਾ ਚਾਹੀਦਾ 3500। ਆ ਸ਼ਾਲ ਵੀ ਨਾਲ ਦੇਣਾ ਆਪਾਂ, ਸ਼ਾਲ ਵੀ ਨਾਲ ਦੇਣਾ, ਤੇ ਕੱਪੜਾ ਇੰਨਾ ਜ਼ਿਆਦਾ ਸੌਫਟ ਹੈ, ਵੈਲਵਟ ਹੈ, ਠੰਡ ਨਹੀਂ ਲੱਗਣ ਵਾਲੀ, ਘੱਟੋ ਘੱਟ 3500। ਘੱਟੋ ਘੱਟ ਅਸੀਂ ਦੇਣਾ ਸਿਰਫ 1300 ਤੇ 50 ਰੁਪਏ ਵਿੱਚ।
1350 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਾ। ਮੈਂ ਸ਼ੌਕ ਹੋ ਜਾਂਦੀ ਹਾਂ ਇੱਥੇ ਬੈਠੀ ਬੈਠੀ। ਹੁਣ ਮੈਨੂੰ ਲੱਗ ਰਿਹਾ ਮੈਨੂੰ ਇਹ ਸੂਟ ਤਾਂ ਮੈਂ ਲੈ ਹੀ ਲਿਆ, ਮੈਨੂੰ ਇਹਨਾਂ ਵਿੱਚੋਂ ਵੀ ਇੱਕ ਅੱਧਾ ਚੂਜ਼ ਕਰਕੇ ਲੈ ਕੇ ਜਾਣਾ ਹੀ ਪੈਣਾ ਅਤੇ ਮੈਂ ਪਹਿਲਾਂ ਹੀ ਸਾਈਡ ਕਰ ਦੇਣਾ। ਆਪਾਂ ਤੁਹਾਨੂੰ ਨਜ਼ਰ ਤੋਂ ਹੀ ਬਚਾਉਣਾ ਹੈਗਾ ਆ, ਕਹਿੰਦੇ ਜਿਹੜਾ ਪਾਉਂਦਾ ਰੰਗ ਕਾਲਾ ਉਹਨੂੰ ਲੱਗਦਾ ਨਹੀਂ ਪਾਲਾ, ਜਿਹੜਾ ਪਾਉਂਦਾ ਬਲੈਕ ਉਹ ਸਿੱਧਾ ਜਾਂਦਾ ਬਲੈਕ। ਹੁਣ ਤੁਸੀਂ ਦੇਖਣਾ ਬਲੈਕ 'ਤੇ ਜਾਣਾ ਕਿ ਬਲੈਕ ਤੁਸੀਂ ਠੰਡ ਤੋਂ ਡੱਬਾ ਬਚਣਾ ਹੈਗਾ ਆ। ਹੁਣ ਤੁਸੀਂ ਠੰਡ ਤੋਂ ਵੀ ਬਚ ਜਾਣਾ ਕਿਉਂਕਿ ਕਾਲਾ, ਅਤੇ ਤੁਸੀਂ ਬਲੈਕ ਪਾ ਕੇ ਬਲੈਤ ਵੀ ਚੱਲ ਜਾਣਾ, ਅਤੇ ਤੁਸੀਂ ਜੇਕਰ ਇਹ ਪਾ ਕੇ ਬਲੈਤ ਚੱਲ ਗਏ, ਬਲੈਤ ਛੱਡੋ ਤੁਸੀਂ ਆਪਣੀ ਗਲੀ 'ਚ ਪਾ ਲਿਓ, ਤੁਸੀਂ ਇੰਨਾ ਜ਼ਿਆਦਾ ਸੋਹਣੇ ਲੱਗਣ ਵਾਲੇ ਹੋ ਨਾ ਕਿ ਸਟਰੀਟ ਲਾਈਟ ਦੀ ਲੋੜ ਨਹੀਂ ਪੈਣੀ, ਤੁਸੀਂ ਇੰਨੀਆਂ ਲਿਸ਼ਕਾਂ ਮਾਰਨੀਆਂ। ਜੀ ਭਾਵੇਂ ਘਰੇ ਪਾਏ ਘੁੰਮੀਏ, ਕਿਹੜਾ ਕੁਛ ਕਹਿਣਾ ਵਿਚਾਰੇ ਸਾਡੇ ਭੋਲੇ, ਇਹ ਸੂਟ ਸਾਡੇ ਬਹੁਤ ਭੋਲੇ ਹੁੰਦੇ ਆ ਜੀ, ਠੀਕ ਹੈ। ਸੂਟ ਤਾਂ ਬਥੇਰੇ ਭੋਲੇ ਆ, ਅਤੇ ਮੈਨੂੰ ਲੱਗਦਾ ਵੱਡੇ ਡਿਪੂ ਵਾਲੇ ਵੀ ਬਹੁਤ ਜ਼ਿਆਦਾ ਭੋਲੇ ਨੇ ਕਿ ਉਹਨਾਂ ਨੇ ਇੰਨੀ ਸਸਤੀ ਵਰਾਇਟੀ ਲਾਈ ਹੋਈ ਹੈ ਆਪਣੇ ਸ਼ੋਰੂਮ। ਵਰਾਇਟੀ ਹੈ ਬਹੁਤ ਜ਼ਿਆਦਾ ਵਰਾਇਟੀ ਮੈਡਮ, ਲੋਕ ਦੇਖੋ ਕਿੱਥੋਂ ਦੂਰ ਦੂਰ ਆਉਣ ਲੱਗ ਪਏ, ਬਠਿੰਡਾ, ਮਾਨਸਾ, ਮੋਗਾ, ਬਟਾਲਾ, ਚੰਡੀਗੜ੍ਹ, ਲੁਧਿਆਣਾ, ਗੜਸ਼ੰਕਰ, ਬਹੁਤ ਦੂਰ ਦੂਰ ਰੁਕੇ ਆਉਂਦੇ ਹੈਗੇ। ਉਹਨੂੰ ਪਤਾ ਕਿ ਵੱਡੇ ਡਿਪੂ ਤੋਂ ਹਰ ਟਾਈਮ ਵਰਾਇਟੀ ਮਿਲ ਜਾਂਦੀ ਹੈਗੀ ਆ, ਉਹ ਵੀ ਘੱਟ ਰੇਟ ਦੀ ਮਿਲਦੀ ਹੈ। ਬਾਕੀ ਤੁਸੀਂ ਪਲੀਜ਼ ਰਿਕੁਐਸਟ ਆ ਮੋਰਨਿੰਗ ਟਾਈਮ ਆਉਣ ਦੀ ਕੋਸ਼ਿਸ਼ ਕਰਿਆ ਕਰੋ, 11-12 ਵਜੇ ਤੋਂ ਪਹਿਲਾਂ, ਕਿਉਂਕਿ ਉਸ ਤੋਂ ਬਾਅਦ ਕਰਾਊਡ ਜ਼ਿਆਦਾ ਹੁੰਦਾ, ਨਾ ਖਾਣ ਨੂੰ ਜਗ੍ਹਾ ਹੁੰਦਾ, ਬੈਠਣ ਜਗ੍ਹਾ ਹੁੰਦੀ ਹੈਗੀ, ਫਿਰ ਤੁਸੀਂ ਕਹਿੰਦੇ ਸਾਨੂੰ ਚੰਗੇ ਕਿਸੇ ਨੇ ਪ੍ਰੋਪਰ ਅਟੈਂਡ ਨਹੀਂ ਕੀਤਾ ਨਾ, ਇਸ ਕਰਕੇ ਪ੍ਰੋਬਲਮ ਆ ਜਾਂਦੀ ਹੈਗੀ ਆ। ਤੇ ਜੇਕਰ ਤੁਸੀਂ ਕੋਈ ਸਕਰੀਨਸ਼ਾਟ ਵੀ ਲੈਣੇ ਹੋ ਤਾਂ ਤੁਸੀਂ ਛੇਤੀ ਤੋਂ ਛੇਤੀ ਆਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਕਈ ਵਾਰੀ ਸੂਟ ਛੇਤੀ ਨਿਕਲ ਜਾਂਦੇ ਹੁੰਦੇ ਕਿਉਂਕਿ ਆਰਟੀਕਲਸ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ, ਤਾਂ ਤੁਸੀਂ ਛੇਤੀ ਆਉਣ ਦੀ ਕੋਸ਼ਿਸ਼ ਕਰਿਓ ਅਤੇ ਜਾਂ ਛੇਤੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰਿਓ। ਬਿਲਕੁਲ ਬਿਲਕੁਲ, ਦੇਖੋ ਕਿੰਨਾ ਸੋਹਣਾ ਆ ਚੁੱਕਾ ਗਰਲਿਸ਼ ਲੁੱਕ 'ਤੇ ਆ ਚੁੱਕਾ, ਨੈੱਕ ਕਿੰਨਾ ਪਿਆਰਾ ਬਣਿਆ, ਘੇਰਾ ਨਾਲ ਦੇਖੋ, ਅਤੇ ਨਾਲ ਦੇਖੋ ਚੁੰਨੀਆਂ ਕਿੰਨੀ ਕਿੰਨੀ ਟੋਰੀ ਆ ਚੁੱਕੀ ਹੈਗੀ ਆ, ਇਹ ਵੀ ਇਦਾਂ ਕਲਰ ਕੰਬੀਨੇਸ਼ਨ ਤੁਹਾਨੂੰ ਵੱਖੋ ਵੱਖਰੇ ਮਿਲਣੇ ਹੈਗੇ ਆ। ਇੰਨਾ ਸੋਹਣਾ ਕਲਰ ਲੱਗ ਰਿਹਾ ਅਤੇ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ, ਘੱਟੋ ਘੱਟ 5000 ਦਾ ਤਾਂ ਇਹ ਆਰਟੀਕਲ ਹੋਣਾ ਚਾਹੀਦਾ ਹੈ ਜੀ। ਚੌਵੀ ਸੌ ਪੰਜਾਹ ਦੇ ਵਿੱਚ ਇਹੋ ਜਿਹੇ ਸੋਹਣੇ ਸੋਹਣੇ ਰੰਗ ਆ ਚੁੱਕੇ ਆ, ਅਤੇ ਮੇਰੀ ਤੁਸੀਂ ਦੇਖ ਸਕਦੇ ਹੋ ਮੇਰੀ ਹਜੇ ਗੱਲ ਨਹੀਂ ਖਤਮ ਹੁੰਦੀ, ਮੈਂ ਹਜੇ ਵੀ ਪਿਛਲੇ ਸੂਟ ਦੀ ਤਾਰੀਫ ਕਰ ਰਹੀ ਹੁੰਦੀ ਹਾਂ, ਅਤੇ ਉਨੀ ਦੇਰ 'ਚ ਹਜੇ ਜੀ ਦੂਜਾ ਸੂਟ ਕੱਟ ਕੇ ਦਿਖਾ ਦਿੰਦੇ ਆ। ਘੱਟ ਸਮੇਂ ਵਿੱਚ ਵੱਧ ਤੋਂ ਵਰਾਇਟੀ ਸ਼ੋਅ ਕਰਾ ਦੀ ਹੈ ਨਾ, ਦੇਖੋ ਕਿੰਨਾ ਸੋਹਣਾ ਆ ਚੁੱਕਿਆ ਫੁੱਲਾਂ ਵਾਲਾ ਸੂਟ ਆ ਚੁੱਕਾ। ਜੇ ਤੁਸੀਂ ਪਾ ਲੈਣਾ ਮਾਰਾ, ਸਾਨੂੰ ਪਰਫਿਊਮ ਲਾਉਣ ਦੀ ਲੋੜ ਨਹੀਂ ਪੈਣੀ, ਫੁੱਲ ਵੀ ਮਹਿਕਣ ਲੱਗ ਪੈਣੇ ਹੈਗੇ ਆ। ਤੁਸੀਂ ਕਹਿਣਾ ਅਸੀਂ ਪਰਫਿਊਮ ਲਾਏ, ਖੁਸ਼ਬੂ ਕਿੱਥੋਂ ਆਉਂਦੀ ਹੈ, ਪਤਾ ਫੁੱਲੇ ਮਹਿਕੀ ਜਾਂਦੇ ਆ, ਅਤੇ ਲੋਕਾਂ ਨੇ ਤੁਹਾਨੂੰ ਕਹਿਣਾ ਤੈਨੂੰ ਫੁੱਲਾਂ ਵਰਗੀ ਕਹੀਏ ਜਾਂ ਫੁੱਲ ਤੇਰੇ ਵਰਗੇ। ਬਿਲਕੁਲ ਬਿਲਕੁਲ, ਗੀਤ ਆਪਣੇ ਆਪ ਆਉਣ ਲੱਗ ਪੈਂਦੇ ਹੁੰਦਾ, ਇੰਨੇ ਸੋਹਣੇ ਸੂਟ ਜਿਹੇ ਪਾ ਲੈਣੇ ਹੈਗੇ। ਤੇ ਮੈਂ ਤਾਂ ਥੱਕ ਚੁੱਕੀ ਹਾਂ ਵਰਾਇਟੀ ਦੇਖ ਦੇਖ ਕੇ ਖਤਮ ਹੀ ਨਹੀਂ ਹੋਣ ਤੇ ਆ ਰਹੀ ਹੈ ਮੇਰੀ ਗੱਲ ਨਹੀਂ ਮੁੱਕਦੀ ਤੇ ਵਰਾਇਟੀ ਚੱਲੀ ਜਾਂਦੀ ਹੈ ਆ ਦੇਖੋ ਸ਼ੀਸ਼ੇ ਵਾਲਾ ਸੂਟ ਆ ਚੁੱਕਿਆ ਜੇ ਸੂਟ ਪਾਉਣਾ ਸ਼ੀਸ਼ਾ ਦੇਖਣ ਲੋੜ ਨਹੀਂ ਪੈਣ
ਜਿੰਨੇ ਮਰਜ਼ੀ ਲੈ ਕੇ ਜਾਓ ਜੀ, ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਵੀ 3,500 ਤੇ 50 ਰੁਪਏ ਭੇਜਣਾ ਹੈਗਾ। ਅਲੱਗ ਡਿਜ਼ਾਇਨ ਮੈਨੇ, ਅਲੱਗ ਕੋਂਬੀਨੇਸ਼ਨ ਮੈਨੇ ਹੈਗੇ ਤੁਹਾਨੂੰ, ਅਤੇ ਵਰਕ ਬਹੁਤ ਸੁਪਰ ਸੁਪਰ ਆ ਚੁੱਕਿਆ ਗਿਆ, ਸਿਰਫ 3,500 ਤੇ 50 ਰੁਪਏ ਵਿੱਚ ਜੀ। ਇੰਗਲਿਸ਼ ਕਲਰਸ ਆਏ ਹੋਏ ਆ, ਕਲਰਸ ਦੀ ਕੋਈ ਘਾਟ ਨਹੀਂ ਹੈਗੀ, ਤੁਸੀਂ ਕਲਰ ਦਾ ਨਾਮ ਲਓ ਤੁਹਾਨੂੰ ਉਹ ਕਲਰ ਮਿਲ ਜਾਣਾ, ਜਿਹੜੇ ਕਲਰ ਤੁਹਾਨੂੰ ਯੂਜਲੀ ਕਿਤੇ ਹੋਰ ਨਹੀਂ ਮਿਲਦੇ ਉਹ ਵੀ ਮਿਲ ਜਾਣੇ। ਹਜੇ ਮੈਂ ਫਿਰ ਪਹਿਲੇ ਸੂਟ ਦੀ ਤਾਰੀਫ ਕਰ ਰਹੀ ਹਾਂ ਉਹਦੇ 'ਚ, ਜਿਹਦੇ ਫਿਰ ਦੂਜਾ ਸੂਟ ਕੱਢਦਾ ਹੈ। ਮੈਂ ਤਾਰੀਫਾਂ, ਤੁਹਾਨੂੰ ਪਤਾ ਬੜੀ ਭੂਤ ਤਾਰੀਫਾਂ ਹੋਣੀਆਂ ਜ਼ਿਆਦਾ ਹੈਗੀਆਂ, ਅਤੇ ਆਹ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ, ਕਲਰ ਕੋਂਬੀਨੇਸ਼ਨ ਦੇਖੋ ਕਿੰਨੇ ਕਿੰਨੇ ਪਿਆਰੇ ਹੈਗੇ, ਨਾਲੇ ਹੈਵੀ ਵਿੱਚ ਆ ਚੁੱਕਿਆ ਹੈਗਾ। ਇਹਦਾ ਤੁਹਾਨੂੰ ਆਪਾਂ ਰੇਟ ਦੇਣਾ ਹੈਗਾ ਸਿਰਫ 8,000 ਵਾਲਾ ਪੀਸ 4,000 ਰੁਪਏ ਦੇਣਾ, ਅੱਧੋ ਅੱਧਾ ਫਰਕ ਆ ਜੀ। ਬਿਲਕੁਲ 50% ਆਫ ਚੱਲ ਰਿਹਾ, ਬਟ ਮੈਨੂੰ ਸਮਝ ਨਹੀਂ ਆ ਰਹੀ ਕਿਵੇਂ ਪੋਸੀਬਲ ਹੈ ਕਿ 8,000 ਵਾਲਾ ਸੂਟ 4,000 ਚ ਕਿਵੇਂ ਮਿਲ ਸਕਦਾ, ਕਿਉਂਕਿ ਸਾਡੇ ਵਿੱਚ ਵਿਚੋਲੇ ਵਗੈਰਾ ਹੈ ਨਹੀਂ ਕੁਛ ਵੀ, ਸਾਡੇ 10-20 ਰੁਪਏ ਮਾਰਜਨ ਚੀਜ਼ਾਂ ਵੇਚੀਆਂ ਨੇ, ਅਸੀਂ ਹਜ਼ਾਰ ਸ਼ਾਮ ਤੱਕ 1,000 ਪੀਸ ਵੇਚਣੇ ਆ, ਬਾਕੀ ਦੁਕਾਨਾਂ 5-7 ਪੀਸ ਵੇਚਣੇ ਹੁੰਦੇ ਆ, ਕਿਉਂਕਿ ਜਿੱਥੇ ਵਰਾਇਟੀ ਜ਼ਿਆਦਾ ਹੁੰਦੀ ਹੈ ਘੱਟ ਰੇਟ ਗਾਹਕ ਨੇ ਉੱਥੇ ਆਉਣਾ ਹੁੰਦਾ ਹਮੇਸ਼ਾ ਨਾ, ਜਿਹੜਾ ਇੱਕ ਵਾਰ ਇੱਥੇ ਜੁੜ ਜਾਂਦਾ ਵੱਡੇ ਡੀਪੂ ਸਾਨੂੰ ਪਤਾ ਦੂਜੀ ਵਾਰ ਫਿਰ ਕਿਤੇ ਜਾਂਦਾ ਨਹੀਂ ਹੈਗਾ, ਉਹਨੂੰ ਪਤਾ ਸਾਡਾ ਵੱਡੇ ਡੀਪੂ ਸਾਨੂੰ ਹਰ ਤਰ੍ਹਾਂ ਵਰਾਇਟੀ ਮਿਲਦੀ ਹੈ, ਅਸੀਂ ਇੱਧਰੋਂ ਦੈਮੀ ਟਾਈਮ ਖਰਾਬ ਕਰਨਾ ਹੈਗਾ। ਵਿਆਹ ਵਾਲੇ ਸੀਜ਼ਨ 'ਚ ਸਭ ਤੋਂ ਔਖਾ ਕੰਮ ਹੁੰਦਾ ਸਸਤੇ ਸੂਟ ਲੱਭਣੇ, ਕਿਉਂ ਹਜੀ? ਬਿਲਕੁਲ ਬਿਲਕੁਲ, ਤੁਹਾਨੂੰ ਪਤਾ ਵੱਡੇ ਡੀਪੂ ਸਸਤਾ ਹੀ ਹੈਗਾ, ਇੱਥੇ ਹਰ ਤਰ੍ਹਾਂ ਵਰਾਇਟੀ ਮਿਲਦੀ, ਨਾ ਵੱਡਾ ਤਾਂ ਰੇਟ ਘੱਟ ਮਿਲਦੇ ਹੈਗੇ। ਦਿਖਾ ਦਿਓ ਸੋਹਣੀ ਸੋਹਣੀ ਵਰਾਇਟੀ, ਜਿਹੜੇ ਸਸਤੇ ਪ੍ਰਾਈਜ਼ ਸਾਨੂੰ ਮਿਲਣ ਵਾਲੇ ਵੱਡੇ ਡੀਪੂ ਤੇ। ਆਹ ਦੇਖੋ ਸੂਟ ਕਿੰਨਾ ਸੋਹਣਾ ਆ ਚੁੱਕਾ ਹੈਗਾ, ਬਿਲਕੁਲ ਡੀਸੈਂਟ ਹੈ, 5 ਮੀਟਰ ਦਾ ਸੂਟ ਹੈਗਾ, ਠੀਕ ਹੈ ਜੀ। ਨਾਲ ਦੇਖੋ ਕਿੰਨੀ ਸੋਹਣੀ ਡਿਜ਼ਾਇਨਿੰਗ ਹੈਗੀ ਆ, ਆਪਾਂ ਬਾਹਰੋਂ ਲੈਣ ਜਾਓਗੇ ਤੁਹਾਨੂੰ 800-900 ਘੱਟ ਨਹੀਂ ਮਿਲਣਾ ਹੈਗਾ, ਤੁਸੀਂ ਵੱਡੇ ਡੀਪੂ ਤੋਂ 550 ਲੈ ਕੇ ਜਾ ਸਕਦੇ ਹੈਗੇ ਆ।
550 ਦੀ ਰੇਂਜ ਦੇ ਵਿੱਚ ਤੁਸੀਂ ਇੰਨਾ ਸੋਹਣਾ ਸੂਟ ਲੈ ਕੇ ਜਾ ਸਕਦੇ ਹੋ, ਸੋਹਣਾ ਵਰਕ ਹੋਇਆ ਹੋਇਆ ਤੇ ਨਾਲ ਦੁਪੱਟਾ ਵੀ ਮਿਲ ਰਿਹਾ, ਪ੍ਰੋਪਰ 5 ਮੀਟਰ ਕੱਪੜਾ ਵੀ ਮਿਲਣ ਵਾਲਾ। ਆਹ ਦੇਖੋ ਸ਼ੀਸ਼ਿਆਂ ਦਾ ਸੂਟ ਆ ਚੁੱਕਾ ਜੀ, ਸੂਟ ਪਹਿਲਾਂ ਸ਼ੀਸ਼ਾ ਦੇਖਣ ਲੋੜ ਨਹੀਂ ਪੈਣੀ ਕਿਉਂਕਿ ਸ਼ੀਸ਼ੇ ਉੱਪਰ ਇਹਨਾਂ ਲੱਗੇ ਹੈਗੇ ਆ, ਠੀਕ ਆ, ਇੰਨਾ ਹੈਵੀ ਵਰਕ ਹੋਇਆ ਹੋਇਆ ਤੇ ਹਰਜੀਤ ਜੀ ਕੀ ਪ੍ਰਾਈਸ ਪਊਗਾ ਇਹਦਾ ਸਾਨੂੰ? ਮੈਨੂੰ ਲੈਣਾ 1000 ਵਾਲਾ ਪੀਸ ਸਿਰਫ 695 ਰੁਪਏ ਵਿੱਚ ਮਿਲਣਾ ਹੈ। 695 ਦੇ ਵਿੱਚ ਇੰਨੇ ਸੋਹਣੇ ਸੋਹਣੇ ਕਲਰ ਤੇ ਇੰਨਾ ਸੋਹਣਾ ਵਰਕ ਮਿਲਣ ਵਾਲਾ, ਹੋਰ ਕਿਧਰੋਂ ਨਹੀਂ ਮਿਲਣ ਵਾਲਾ। ਆਹ ਦੇਖੋ ਕਿੰਨੇ ਕਿੰਨੇ ਜੈਂਟਲੀ ਸ਼ੇਡਾਂ ਆ ਚੁੱਕੀਆਂ, ਮੇਰੇ ਦੇਖੋ ਧਾਗੇ ਦਾ ਕੰਮ ਕੀਤਾ ਪੂਰਾ, ਆਰ ਓ ਸੂਟ ਹੈਗਾ ਇਹ 5 ਮੀਟਰ ਦਾ, ਕਰੇ ਦੇ ਵਿੱਚ ਆ ਚੁੱਕਾ ਇਹ ਵੀ, ਆਪਾਂ ਤੁਹਾਨੂੰ 695 ਵਿੱਚ ਦੇਣਾ ਹੈਗਾ ਜੀ। ਤੇ ਜੇਕਰ ਤੁਸੀਂ ਵੀ ਸਸਤੇ ਸਸਤੇ ਸੂਟ ਲੈਣੇ ਹੋਣ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ, ਤੁਸੀਂ ਆਣਾ ਵੱਡੇ ਡੀਪੂ ਤੇ। ਸੋ ਇਹ ਵੀ ਦੇਖੋ ਸੂਟ ਕਿੰਨਾ ਸੋਹਣਾ ਆ ਚੁੱਕਾ ਹੈਗਾ, ਫਿਰੋਜੀ ਕਲਰ ਦਾ ਬਹੁਤ ਸੋਹਣਾ ਵਰਕ ਆ ਚੁੱਕਾ ਹੈਗਾ, ਪੂਰਾ ਗਲਾ ਬਣਿਆ ਹੈਗਾ, ਘੇਰਾ ਤੇ ਨਾਲ ਦੇਖੋ ਬਾਜੂ ਕਿੰਨੀ ਸੋਹਣੀ ਹੈਗੀ ਆ, ਤੇ ਆਪਾਂ ਚੁੰਨੀ ਦੀ ਗੱਲ ਕਰ ਲਈ, ਚੁੰਨੀ ਵੀ ਨਾਲ ਬਹੁਤ ਟੋਰੀ ਆ ਚੁੱਕੀ ਹੈਗੀ ਆ, ਕਲਰ ਕੋਂਬੀਨੇਸ਼ਨ ਬਹੁਤ ਪਿਆਰੇ ਪਿਆਰੇ ਆ ਚੁੱਕੇ ਆ, ਤੁਹਾਨੂੰ ਡਿਜ਼ਾਈਨਿੰਗ ਹਰ ਤਰ੍ਹਾਂ ਮਿਲਣੀ ਹੈਗੀ ਆ, ਚੁੰਨੀ ਵੀ ਬਹੁਤ ਟੋਰੀ ਆ ਚੁੱਕੀ ਹੈ ਤੇ ਮੈਨੂੰ ਲੱਗਦਾ ਚੁੰਨੀ ਨੇ ਹੀ ਸਾਰੀ ਦੀ ਸਾਰੀ ਅਟਰੈਕਸ਼ਨ ਲਿੱਤੀ ਹੋਈ ਹੈ, ਇੰਨਾ ਸੋਹਣਾ ਵਰਕ ਹੋਇਆ ਹੋਇਆ ਤੇ ਪਿੰਕ ਦੇ ਵਿੱਚ ਕੰਟਰਾਸਟ ਵੀ ਲੱਗਿਆ ਹੋਇਆ ਤੇ ਫਿਰੋਜ਼ੀ ਕਲਰ ਜਿਹੜਾ ਤੁਹਾਨੂੰ ਛੇਤੀ ਨਹੀਂ ਮਿਲਦਾ। ਆ ਦੇਖੋ ਸ਼ਿਮਰ ਦਾ ਅੱਜ ਕੱਲ੍ਹ ਕਾਫੀ ਟ੍ਰੈਂਡ ਹੈਗਾ, ਸ਼ਿਮਰ ਸੂਟਾਂ ਦਾ, ਇਹ ਵੀ ਬਹੁਤ ਜ਼ਿਆਦਾ ਕੋਸਟਲੀ ਹੈਗੇ ਆ, ਮੂੰਹ ਮੰਗੇ ਰੇਟ ਮੰਗਦੇ ਹੈਗੇ ਪਰ ਬਜਟ ਭੂ ਕੰਮੇ ਹੈ ਨਹੀਂ ਗਾ ਜੀ, ਤੁਸੀਂ ਜੇ ਤੁਸੀਂ ਦੱਸੇ ਮੱਥਾ ਦੇ ਕੇ ਬਿੰਦੀ ਲਾਉਣੀ ਹੈਗੀ ਆ, ਆਪਾਂ ਤੁਹਾਨੂੰ ਦੇਣਾ 2950 ਰੁਪਏ ਵਿੱਚ ਇਹ। ਜੇਕਰ ਤੁਹਾਡੇ ਘਰ ਦਾ ਵਿਆਹ ਹੈ ਨਾ, ਤੁਸੀਂ ਅੱਖਾਂ ਬੰਦ ਕਰਕੇ ਵੱਡੇ ਡੀਪੂ ਆ ਜਾਓ, ਤੁਹਾਨੂੰ ਆਪਣੇ ਪ੍ਰਾਈਜ਼ ਆਪਣੇ ਬਜਟ ਦੇ ਵਿੱਚ ਸੋਹਣੇ ਸੋਹਣੇ ਸੂਟ ਮਿਲ ਜਾਣੇ। ਤੇ ਇਹ ਤਾਂ ਸੀਗੇ ਅਨਸਟਿਚ ਸੂਟ, ਤੇ ਹਜੀ ਜੇ ਥੋੜੇ ਜੇ ਰੈਡੀਮੇਡ ਵੀ ਦਿਖਾ ਦਿਓ ਮੇਰੇ ਵਰਗੀ ਲਈ। ਤੁਸੀਂ ਕਹਿੰਦੇ ਅੱਖਾਂ ਬੰਦ ਕਰਕੇ ਆਇਓ ਵੱਡੇ ਡੀਪੂ, ਅੱਖਾਂ ਬੰਦ ਕੇ ਬਿਲਕੁਲ ਸਹੀ ਹੈ ਬੇਟੇ, ਹੁਣ ਜਿਵੇਂ ਵੱਡੇ ਡੀਪੂ ਰੇਟ ਸੋਹਣੇ ਹੈਗੇ ਆ, ਇੰਨੇ ਘੱਟ ਹੁਣ ਅੱਖਾਂ ਆਪਣੇ ਆਪ ਖੋਲ ਜਾਣੀ ਹੈਗੀਆਂ। ਤਾਂ ਮੇਰੀਆਂ ਵੀ ਅੱਖਾਂ ਖੋਲੋ ਤੇ ਮੈਨੂੰ ਹੋਰ ਥੋੜੇ ਰੈਡੀਮੇਡ ਸੂਟ ਵੀ ਦਿਖਾਓ। ਲੋ ਵੀ ਤੁਹਾਨੂੰ ਦਿਖਾਉਣੇ ਹੈਗੇ ਆ, ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਸਾਰੇ ਸੂਟ, ਕਿੰਨਾ ਪਿਆਰਾ ਵਰਕ ਹੈਗਾ, ਦੇਖੋ ਕਿੰਨਾ ਸੋਹਣਾ ਫਰੰਟ ਹੈਵੀ ਹੈਗਾ ਆ, ਬਾਹਰ ਮਿਲਦਾ ਹੈਗਾ ਕੋਈ ਦਿੰਦਾ 2500 ਕੋਈ ਦਿੰਦਾ 2800 ਰੁਪਈਆ, ਅਸੀਂ ਦੇਣਾ ਸਿਰਫ 1300 ਰੁਪਏ 'ਚ ਆਪਣਾ। 1300 'ਚ ਪੂਰਾ ਸੂਟ ਕੀ ਇਕੱਲੀ ਕੁਰਤੀ ਦੇਣੀ? ਪੂਰਾ ਸੂਟ ਦੇਣਾ ਜੀ, ਆਹ ਨਾਲ ਦੇਖੋ ਪਤਾ ਕਿੰਨਾ ਵਧੀਆ ਆ ਚੁੱਕੇ, ਪਲਾਜੋ ਸ਼ਰਾਰੇ ਆ ਚੁੱਕੇ ਹੈਗੇ 1300-1300 ਰੁਪਏ 'ਚ। 1300 'ਚ ਸ਼ਰਾਰਾ ਵੀ, ਇੰਨਾ ਸੋਹਣਾ ਵਰਕ ਹੋਇਆ ਸੂਟ ਵੀ, ਉਹ ਵੀ ਰੈਡੀਮੇਡ, ਤੁਹਾਨੂੰ ਸਿਲਾਈ ਲੱਗ ਜਾਣੀ ਇੰਨੀ ਰੈਡੀਮੇਡ, ਜੇਕਰ ਤੁਸੀਂ ਸਿਲਵਾਨ ਜਾਓਗੇ ਨਾ ਸ਼ਰਾਰਾ ਸੂਟ, ਤਾਂ ਇੰਨਾ ਤਾਂ 1300 ਤਾਂ ਸਿਲਾਈ ਪੈ ਜਾਂਦੀ ਹੈ। ਮਤਲਬ ਲੈ ਜਾਣੀ ਤਲਾਈ, ਤੁਹਾਨੂੰ ਪਤਾ ਸਲੋ ਮਤਲਬ ਤੁਹਾਨੂੰ ਪਤਾ ਸਿਲਾਈ ਲਈ ਜਾਂਦੇ ਇੰਨੀ ਨਹੀਂ, ਪਰ ਅਸੀਂ 1300 ਸੀਤਾ ਸਿਲਾਇਆ ਸੂਟ ਦੇਣਾ ਹੈਗਾ ਆ, ਤੁਸੀਂ ਆਪਣੀ ਚੋਇਸ ਤੋਂ ਘੱਟ ਤੋਂ ਹਰ ਟਾਈਮ ਵਰਾਇਟੀ ਲੈ ਕੇ ਜਾਇਆ, ਪੂਰਾ ਫੈਮਿਲੀ ਕੰਪਲੀਟ ਸ਼ੋਰੂਮ, ਪਰ ਬਾਕੀ ਤੁਸੀਂ ਮੌਨੀ ਆਉਣ ਦੀ ਕੋਸ਼ਿਸ਼ ਕਰਿਆ ਕਰੋ। ਤੇ ਜੇਕਰ ਹਰਜੀਤ ਜੀ ਸਾਨੂੰ ਹਜੇ ਤਾਂ ਵੈਸੇ ਆਪਾਂ ਸ਼ਰਾਰਾ ਦੀ ਵਰਾਇਟੀ ਦੇਖ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਲਰਸ ਹਰ ਤਰ੍ਹਾਂ ਦੇ ਆਏ ਹੋਏ ਆ, ਬਲੂ, ਪਰਪਲ, ਗ੍ਰੀਨ, ਨੇਵੀ ਬਲੂ, ਤੁਸੀਂ ਨਾਮ ਲਓ ਤੇ ਤੁਹਾਨੂੰ ਸ਼ਰਾਰਾ ਮਿਲ ਜਾਣਾ। ਤੁਹਾਨੂੰ ਜੇਕਰ ਸਿੰਪਲ ਦੇ ਵਿੱਚ ਚਾਹੀਦਾ, ਤੁਹਾਨੂੰ ਵਰਕ ਦੇ ਵਿੱਚ ਚਾਹੀਦਾ, ਹਰ ਤਰ੍ਹਾਂ ਦੇ ਮਿਲ ਜਾਣੇ। ਆ ਲਓ ਪਰਪਲ ਵੀ ਆ ਗਿਆ, ਕਿੰਨਾ ਸੋਹਣਾ, ਕਿੰਨਾ ਐਲੀਗੈਂਟ ਪੀਸ ਹੈ, ਤੇ ਜੈਂਟਲੀ ਜੈਂਟਲੀ ਸ਼ੇਡਸ ਆਏ ਹੋਏ ਨੇ। ਬਿਲਕੁਲ ਜੈਂਟਲੀ ਜੈਂਟਲੀ ਯੂਨੀਕ ਸੋਹਣੇ ਸੋਹਣੇ ਪੀਸ ਆ ਗਿਆ, ਸਿਰਫ 2000 ਰੁਪਏ 'ਚ ਜੀ, 2000 ਦੇ ਵਿੱਚ ਇਹੋ ਜਿਹਾ ਵਰਕ ਮਿਲ ਰਿਹਾ, ਮਤਲਬ ਮੇਰੀਆਂ ਅੱਖਾਂ ਸੱਚੀ ਗੱਲ ਹੈ ਖੁੱਲ ਚੁੱਕੀਆਂ ਨੇ ਹੁਣ। ਮੇਰੇ ਦਿਲ ਤੇ ਪੱਥਰ ਮਾਰਦੇ ਨੇ ਇਹ ਗੱਲ, ਮੈਨੂੰ ਬਾਰ ਬਾਰ ਛੇੜ ਗਿਆ ਕਿ 1500 ਦਾ ਇੱਧਰ ਮਿਲ ਰਿਹਾ ਸੀ, ਤੇ ਤੁਸੀਂ 7000 ਦੀ ਸ਼ੋਪਿੰਗ ਕੀਤੀ ਹੈ, ਤੁਸੀਂ ਮੇਰੇ ਵਰਗੀ ਗਲਤੀ ਨਹੀਂ ਕਰਨੀ, ਤੁਸੀਂ ਇੰਨੀ ਗੱਲ ਯਾਦ ਰੱਖਿਓ। ਹੁਣ ਜੇ ਤੁਸੀਂ ਮੈਰੀ ਕਰਨੀ ਹੋਵੇ, ਆਪਣੇ ਬ੍ਰਦਰ ਦੀ ਕਰਨੀ, ਆਪਣੀ ਕਰਾਉਣੀ, ਇੱਥੇ ਆਉਣਾ ਵੱਡੇ ਡੀਪੂ, ਤੁਹਾਨੂੰ ਪਤਾ ਕਿ ਹਰ ਤਰ੍ਹਾਂ ਤੁਹਾਡੇ ਫਾਇਦੇ ਇੱਥੇ ਹੋਣੇ ਹੈਗੇ ਆ। ਮੈਂ ਵੀ ਇੱਧਰ ਆਉਣ ਵਾਲੀ ਤੇ ਤੁਸੀਂ ਵੀ ਇੱਧਰ ਆਇਓ, ਇਹ ਸੂਟ ਕਿੰਨਾ ਜ਼ਿਆਦਾ ਐਲੀਗੈਂਟ ਲੱਗ ਰਿਹਾ, ਕਿੰਨਾ ਪ੍ਰੀਟੀ ਵਰਕ ਹੋਇਆ ਹੋਇਆ, ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ, ਤੇ ਕਾਲਾ ਰੰਗੀ ਦਾ ਫੇਵਰੇਟ ਨਹੀਂ ਹੁੰਦਾ, ਤੇ ਤੁਸੀਂ ਵੀ ਕਾਲਾ ਪਾ ਕੇ ਬਲੈਕ ਚਲੇ ਜਾਣਾ, ਤੇ ਤੁਹਾਨੂੰ ਕਾਲਾ ਪਾ ਕੇ ਪਾਲਾ ਨਹੀਂ ਲੱਗਣ ਵਾਲਾ। ਬਾਕੀ ਬਿਲਕੁਲ ਸਹੀ ਗੱਲ, ਜਿਹੜਾ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੂੰਗਾ, ਲਾਈਕ ਕਰਨ ਤੋਂ ਵਧੀਆ ਵਧੀਆ ਕਮੈਂਟ ਕਰੂੰਗਾ, ਇਹ ਨਾਲ ਦੇ ਆਪਾਂ 5 ਉਹਨਾਂ ਨੂੰ ਗਿਫਟ ਕਰ ਦੇਣੇ ਹੈਗੇ ਆ, 5 ਇਕੱਠੇ ਬਰ ਇਕੱਠੇ ਕਰਨੇ ਹੈਗੇ ਆ। ਜਿਹੜਾ ਬੰਦਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੂਗਾ, ਤੇ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਸਕਰੀਨਸ਼ਾਟ ਭੇਜਣੇ ਆ, ਤੇ ਇਦਾਂ ਦੇ 5 ਸੂਟ ਤੁਹਾਨੂੰ ਮਿਲ ਜਾਣੇ, ਤੁਹਾਡੇ ਘਰੇ ਆ ਜਾਣੇ। ਹੋਰ ਤਾਂ ਕੀ ਹੈ, ਬਿਲਕੁਲ ਸੋਹਣੇ ਸਵਾਗੇ ਵਾਲੀ ਗੱਲ ਹੋਣੀ, ਨਾਲ ਦੇਖੋ ਕਿੰਨਾ ਸੋਹਣਾ ਇਹ ਸ਼ਰਾਰਾ ਵੀ ਵਰਕ ਕੀਤਾ ਹੈਗਾ ਆ, ਬਹੁਤ ਸੋਹਣੀ ਡਿਜ਼ਾਈਨਿੰਗ ਆ ਚੁੱਕੀ ਹੈ, ਚ ਕਲਰ ਕੰਬੀਨੇਸ਼ਨ ਵੱਖੋ ਵੱਖ ਰਿਕਮੈਂਡ ਹੈਗੇ ਆ, ਇਹ ਵੀ ਆਪਾਂ ਤੁਹਾਨੂੰ ਦੇਣਾ ਸਿਰਫ 2000 ਦੀ ਰੇਂਜ 'ਚ। ਮੈਂ ਦੇਖ ਰਹੀ ਹਾਂ ਕਿ 2000 ਦੀ ਰੇਂਜ ਦੇ ਵਿੱਚ ਇੰਨੇ ਸੋਹਣੇ ਸੋਹਣੇ ਆਰਟੀਕਲਸ ਤੁਹਾਨੂੰ ਮਿਲ ਜਾਣੇ ਆ, ਬਹੁਤ ਜ਼ਿਆਦਾ ਮੁਸ਼ਕਿਲ ਹੈ ਜੋ ਚੀਜ਼।
ਜਾਣੀ ਕਿ ਤੁਹਾਨੂੰ 1300 ਤੋਂ ਲੈ ਕੇ 2000-2500 ਤੱਕ ਇੰਨੀ ਵਰਾਇਟੀ ਮਿਲ ਜਾਣੀ ਹੈਗੀ ਹੈ, ਤੁਸੀਂ ਆਪ ਕਨਵੀਨ ਹੋਣਾ ਹੈਗਾ। ਉਹ ਤੁਸੀਂ ਜਲਦੀ ਜੇ ਵਿਜਿਟ ਨਹੀਂ ਕੀਤਾ, ਤੁਸੀਂ ਜਲਦੀ ਵਿਜਿਟ ਕਰ ਸਕਦੇ ਹੋ। ਜਿਹੜੀ ਕੋਈ ਚੀਜ਼ ਮੰਗਵਾਉਣੀ ਹੈ ਤੁਸੀਂ ਉਹ ਘਰ ਬੈਠ ਕੇ ਮੰਗਾ ਸਕਦੇ, ਚਾਹੇ 1 ਪੀਸ ਮੰਗਾਓ, ਚਾਹੇ 10 ਪੀਸ ਮੰਗਾਓ, ਪਸੰਦ ਤੁਹਾਡੀ ਹੈਗੀ ਆ। ਆਰਟੀਕਲ ਉਹ ਹਜੇ ਕੱਢ ਰਹੇ ਤੇ ਮੇਰੀ ਅੱਖਾਂ ਪਹਿਲਾਂ ਉੱਤੇ ਟਿਕ ਚੁੱਕੀਆਂ ਨੇ ਕਿ ਕਿੰਨਾ ਸੋਹਣਾ ਆਰਟੀਕਲ ਕੱਢ ਰਹੇ ਆ ਜੀ। ਇਹ ਦੇਖੋ ਲੌਂਗ ਡਰੈਸ ਆ ਚੁੱਕੀ ਹੈਗੀ ਹੈ, ਕਿੰਨਾ ਪਿਆਰਾ ਪ੍ਰਿੰਟ ਹੈਗਾ, ਫਰੰਟ ਬੈਕ ਸੇਮ ਹੈਗਾ ਹੈ। ਬਾਹਰ 2500, 3000, 3500, 4000 ਮੰਗਦੇ ਆ, ਅਸੀਂ ਦੇਣਾ ਸੋਰੀ ਤੁਹਾਨੂੰ 1500 ਰੁਪਏ 'ਚ ਆਪਣਾ ਰੈਂਟ 'ਤੇ ਨਹੀਂ ਆਪਣਾ। ਮੈਂ ਆਪਣੀ ਨਾ ਮੰਮੀ ਨੂੰ ਇਹਦੀ ਫੋਟੋ ਖਿੱਚ ਕੇ ਭੇਜਣ ਵਾਲੀ ਹਾਂ ਅਤੇ ਉਹਨਾਂ ਨੂੰ ਪੁੱਛਣ ਵਾਲੀ ਹਾਂ, ਮੰਮੀ ਮੈਂ ਇਹਨੂੰ ਘਰੇ ਲਿਆਵਾਂ, ਮੈਨੂੰ ਬਹੁਤ ਸੋਹਣਾ ਲੱਗ ਰਿਹਾ ਅਤੇ ਇਹ ਤਾਂ ਮੇਰੇ ਕੋਲ ਆ ਗਿਆ, ਜੇਕਰ ਕਿਸੇ ਹੋਰ ਨੇ ਵੀ ਲੈਣਾ ਹੋਵੇ ਸੇਮ ਪੀਸ ਮਿਲ ਜੂਗਾ? ਜਿੰਨੇ ਮਰਜ਼ੀ ਲੈ ਕੇ ਜਾਓ ਮੈਡਮ, ਮੰਮੀ ਨੂੰ ਪੁੱਛਣ ਲੋੜ ਨਹੀਂ, ਮੰਮੀ ਵਿਚਾਰੀ ਕਹਿਣਾ ਮੈਨੂੰ ਤਾਂ ਵਧੀਆ ਮੇਰੀ ਗੁੱਡੀ, ਕਹਿਣਾ ਆਪੇ ਪਸੰਦ ਕਰਕੇ ਲਈ, ਮੈਨੂੰ ਜਾਣਾ ਪਿਆ ਨਹੀਂ ਠੰਡ ਵਿੱਚ ਰਜਾਜ ਨਿਕਲ ਕੇ, ਤੁਸੀਂ ਲੈ ਕੇ ਜਾਓ ਸਿਰਫ 1500 ਰੁਪਏ 'ਚ ਇੰਨੇ ਸੋਹਣੇ ਪੀਸ ਆ ਚੁੱਕੇ। ਕਲਰ ਵੀ ਭੇਜ ਦੇਣਾ, ਮੈਂ ਪੁੱਛ ਲੈਣਾ ਕਿਹੜਾ ਕਲਰ ਲੈ ਕੇ ਆਵਾਂ, ਤਾਂ ਇੱਕ ਤਾਂ ਇਹ ਮੈਂ ਲੈ ਕੇ ਚੱਲੀ ਹਾਂ, ਤੁਸੀਂ ਦੇਖ ਲਓ ਤੁਸੀਂ ਆਪਣਾ ਕਦੋਂ ਲੈਣਾ ਹੈ। ਬਾਕੀ ਸਹੀ ਗੱਲ ਤੁਹਾਡੀ, ਦੇਖੋ ਕਿੰਨੇ ਕਿੰਨੇ ਆਰਟੀਕਲ ਸੋਹਣੇ, ਫਰੰਟ ਬੈਕ ਸੋਹਣੇ ਬਣੇ ਹੈਗੇ, ਇਹ 'ਚ ਕਲਰ ਡਿਜ਼ਾਇਨ ਵੱਖਰੇ। ਇਹ ਆਪਾਂ ਤੁਹਾਨੂੰ ਦੇਣਾ ਹੈਗਾ 8000 ਸਿਰਫ 3500 ਰੁਪਏ, ਜਿੱਦਾਂ ਵਰਾਇਟੀ ਤੁਹਾਨੂੰ ਹੋਰ ਵੀ ਵੱਖੋ ਵੱਖਰੀ ਮਿਲ ਜਾਣੀ ਹੈਗੀ ਆ। 3500 ਦੇ ਵਿੱਚ ਤੁਹਾਨੂੰ ਬਿਲਕੁਲ ਗਾਊਨ ਵਾਲਾ ਆਰਟੀਕਲ ਮਿਲ ਰਿਹਾ, ਬਾਕੀ ਤੁਹਾਨੂੰ ਇਦਾਂ ਦੀ ਵਰਾਇਟੀ ਕਾਫੀ ਮਿਲ ਜਾਣੀ ਹੈਗੀ ਆ, ਬਹੁਤ ਜ਼ਿਆਦਾ ਵਰਾਇਟੀ ਹੈ। ਕੋਈ ਚੀਜ਼ ਘਰ ਮੰਗਵਾਉਣੀ, ਘਰ ਵੀ ਤੁਸੀਂ ਮੰਗਵਾ ਸਕਦੇ ਹੈਗੇ ਆ। ਅਤੇ ਘਰ ਮੰਗਵਾਉਣ ਦੀ ਗੱਲ ਤੋਂ ਯਾਦ ਆਇਆ, ਜਿਹੜੇ ਬੰਦੇ ਇਸ ਵੇਲੇ ਰਜਾਈਆਂ 'ਚ ਬਹਿ ਕੇ ਤੁਹਾਡੀ ਵੀਡੀਓਜ਼ ਦੇਖ ਰਹੇ ਨੇ, ਉਹ ਕਿਵੇਂ ਮੰਗਾ ਸਕਦੇ? ਉਹ ਕਈ ਤਾਂ ਜਿਹਨੇ ਵੱਡੇ ਡਿਪੂ ਚਾਹਤ ਹੁੰਦੀ, ਵੱਡੇ ਡਿਪੂ ਜਾਣਾ, ਰਜਾਈ ਚੱਕ ਕੇ ਪਰੇ ਮਾਰਦੇ ਆ, ਉਹ ਨੱਠੇ ਆਉਂਦੇ ਠੰਡ ਵੀ ਦੇਖਦੇ ਹੈਗੇ। ਜੇ ਤੁਸੀਂ ਰਜਾਈ 'ਚੋਂ ਨਹੀਂ ਨਿਕਲਦੇ ਤਾਂ ਨੈਗ ਦੇ ਰਜਾਈ ਦਾ ਦੇਖਣਾ ਹੈਗਾ, ਤਾਂ ਘਰ ਬੈਠ ਕੇ ਤੁਸੀਂ ਮੰਗਵਾ ਸਕਦੇ, ਕਿਉਂਕਿ ਸਕਰੀਨ 'ਤੇ ਨੰਬਰ ਆ ਰਿਹਾ ਸਾਡੇ ਵੱਡੇ ਡਿਪੂ ਦੇ, ਤੁਸੀਂ ਉਹਨਾਂ ਦੇ ਕਾਲ ਕਰਕੇ ਕੋਈ ਵੀ ਚੀਜ਼ ਮੰਗਵਾਉਣੀ ਮੰਗਵਾ ਸਕਦੇ। ਸਾਡੇ ਪੇਜ ਹੈਗਾ ਵੱਡੇ ਡਿਪੂ ਬੰਗਾ, ਯੂਟਿਊਬ 'ਤੇ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਲਾਈਕ ਫੋਲੋਇੰਗ ਸਬਸਕ੍ਰਾਈਬ ਕਰ ਸਕਦੇ ਹੈਗੇ ਆ, ਅਤੇ ਨਵੀਂ ਨਵੀਂ ਅਪਡੇਟ ਤੁਸੀਂ ਮੰਗਾ ਸਕਦੇ ਹੈਗੇ ਆ। ਬਿਲਕੁਲ ਸਹੀ ਗੱਲ ਹੈ, ਅਤੇ ਆਪਾਂ ਲੋਕਾਂ ਤੋਂ ਵੀ ਪੁੱਛਦੇ ਹਾਂ ਕਿ ਕਿੰਨੇ ਕੁ ਸਸਤੀ ਵਰਾਇਟੀ ਆਈ ਹੋਈ ਹੈ ਅਤੇ ਕਿੰਨੇ ਕੁ ਸਸਤੇ ਅਤੇ ਸੋਹਣੇ ਸੂਟ ਉਹਨਾਂ ਨੂੰ ਮਿਲ ਰਹੇ ਆ। ਆਓ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਇੱਕ ਦੁਕਾਨ ਦੇ ਵਿੱਚ ਇਕੱਠ ਹੁੰਦਾ ਆ, ਜਿੰਨਾ ਇੱਕ ਦੁਕਾਨ ਦੇ ਵਿੱਚ ਤੁਹਾਨੂੰ ਸੂਟ ਦੇਖਣ ਨੂੰ ਮਿਲਦੇ ਹੋ, ਇੱਥੇ ਸਿਰਫ ਔਰ ਸਿਰਫ ਇੱਕ ਕਾਰਨਰ 'ਤੇ ਤੁਹਾਨੂੰ ਮਿਲ ਜਾਣੇ ਆ। ਅਤੇ ਹਰਜੀਤ ਜੀ ਨੇ ਕਹਿ ਤਾਂ ਦਿੱਤਾ ਕਿ ਸੂਟ ਬਹੁਤ ਜ਼ਿਆਦਾ ਸਸਤੇ ਨੇ, ਅਤੇ ਆਪਾਂ ਲੋਕਾਂ ਨਾਲ ਗੱਲਬਾਤ ਕਰਕੇ ਪੁੱਛਦੇ ਹਾਂ ਕਿ ਸੂਟ ਕਿੰਨੇ ਕੁ ਸਸਤੇ ਨੇ ਅਤੇ ਕਿੰਨੀ ਕੁ ਸੋਹਣੀ ਵਰਾਇਟੀ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਤੁਸੀਂ ਸੂਟ ਦੇਖ ਰਹੇ ਹੋ, ਮੈਂ ਦੇਖਿਆ ਕਿਹੋ ਜਿਹੀ ਵਰਾਇਟੀ ਲੱਗ ਰਹੀ ਹੈ, ਸੋਹਣੀ ਹੈ, ਵਧੀਆ ਵਧੀਆ। ਅਤੇ ਕਿੰਨੇ ਕੁ ਪ੍ਰਾਈਜ਼ ਰੇਂਜ ਤੁਹਾਨੂੰ ਲੱਗ ਰਿਹਾ ਕਿ ਸਸਤੇ ਹੈਗੇ? ਬੜਾ ਡਿਪੂ ਕਹਿੰਦੇ ਕਿ ਉਹਨਾਂ ਦੇ ਪ੍ਰਾਈਜ਼ ਬਾਕੀਆਂ ਨਾਲੋਂ ਸਸਤੇ ਨੇ। ਹਾਂਜੀ, ਫਰਕ ਆ। ਅਤੇ ਤੁਸੀਂ ਪਹਿਲੀ ਵਾਰ ਆਏ ਹੋ ਕਿ ਤੁਸੀਂ ਪਹਿਲਾਂ ਤੋਂ ਸ਼ੋਪਿੰਗ ਕਰ ਰਹੇ ਹੋ? ਨਹੀਂ, ਪਹਿਲੀ ਵਾਰ ਹੀ ਆਏ ਅੱਜ। ਅਤੇ ਵਰਾਇਟੀਜ਼ ਵਧੀਆ ਲੱਗ ਰਹੀ ਹੈ? ਹਾਂਜੀ, ਵਧੀਆ। ਅਤੇ ਫਿਰ ਅੱਜ ਕਿੰਨੇ ਦੀ ਸ਼ੋਪਿੰਗ ਹੋਣ ਵਾਲੀ ਹੈ ਇੱਧਰੋਂ? ਪਤਾ ਨਹੀਂ, ਫਿਰ ਵੀ ਕੋਈ ਐਸਟੀਮੇਟ? ਨਹੀਂ ਪਤਾ ਨਹੀਂ, ਵਿਆਹ ਲਈ ਲੈਣ ਆਏ ਹਾਂ ਵੈਸੇ। ਮਤਲਬ ਹੁਣ ਤਾਂ ਚੰਗੀਆਂ ਸ਼ੋਪਿੰਗਾਂ ਹੋਣ ਵਾਲੀਆਂ ਨੇ ਅਤੇ ਵਿਆਹ ਲਈ ਕੰਪਲੀਟ ਸ਼ੋਰੂਮ ਹੈਗਾ ਆ? ਹਾਂਜੀ, ਹਾਂਜੀ। ਤੁਹਾਨੂੰ ਕਿਹੋ ਜਿਹੀ ਲੱਗ ਰਹੀ ਹੈ ਵਰਾਇਟੀ? ਬਹੁਤ ਵਧੀਆ ਹੈ। ਤੁਸੀਂ ਵੀ ਸੂਟ ਦੇਖ ਰਹੇ ਹੋ ਇਸ ਵੇਲੇ? ਹਾਂਜੀ। ਤੇ ਕੀ ਲੱਗਦਾ ਹੈ ਕਿ ਅੱਜ ਸ਼ੋਪਿੰਗ ਵਧੀਆ ਤਰੀਕੇ ਨਾਲ ਹੋ ਜਾਣੀ ਹੈ ਬੜੀ ਡਿਪੂ ਤੇ? ਹਾਂਜੀ ਹਾਂਜੀ, ਬਹੁਤ ਵਧੀਆ ਹੋ ਜਾਣੀ ਹੈ। ਕਿਹੋ ਜਿਹੀ ਹੋ ਜਾਣੀ ਹੈ, ਕੁਛ ਬੋਲ ਕੇ ਤਾਂ ਦੱਸ ਦਿਓ ਸਾਨੂੰ ਵੀ। ਵਧੀਆ ਹੋ ਜਾਣੀ, ਹਰ ਤਰ੍ਹਾਂ ਵਰਾਇਟੀ ਦੇ ਸੂਟ ਹੈਗੇ ਆ। ਤੁਸੀਂ ਕਿਹੋ ਜਿਹੇ ਦੇਖ ਰਹੇ ਹੋ? ਤੁਹਾਨੂੰ ਲੱਗ ਰਿਹਾ ਕਿ ਜਿਹੜੀ ਐਕਸਪੈਕਟੇਸ਼ਨ ਤੁਸੀਂ ਲੈ ਕੇ ਆਏ ਹੋ ਕਰੋ, ਤੁਹਾਨੂੰ ਇੱਧਰ ਫੁਲਫਿਲ ਹੋਣ ਵਾਲੀ ਹੈ, ਤੁਹਾਨੂੰ ਮਿਲਣ ਵਾਲੇ ਉਹੋ ਜਿਹੇ ਸੂਟ? ਹਾਂਜੀ, ਇਹਨਾਂ ਦੇ ਨਾਲ ਹੀ ਆ, ਇਹਨਾਂ ਨੇ ਦੇਖ ਰਹੇ ਹਾਂ ਇਹਨਾਂ ਵਾਸਤੇ। ਅਤੇ ਪ੍ਰਾਈਜ਼ ਠੀਕ ਨੇ? ਹਾਂਜੀ, ਪ੍ਰਾਈਜ਼ ਸਹੀ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅਤੇ ਆਪਾਂ ਹੋਰ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਉਹਨਾਂ ਨੂੰ ਵਰਾਇਟੀ ਕਿਹੋ ਜਿਹੀ ਲੱਗ ਰਹੀ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਹੋ ਜਿਹੀ ਵਰਾਇਟੀ ਲੱਗ ਰਹੀ ਹੈ ਤੁਹਾਨੂੰ? ਹਾਂਜੀ, ਬਹੁਤ ਵਧੀਆ ਹੈ ਵਰਾਇਟੀ। ਤੁਸੀਂ ਪਹਿਲੀ ਵਾਰ ਆਏ ਹੋ ਕਿ ਪਹਿਲਾਂ ਵੀ? ਪਹਿਲਾਂ ਵੀ ਆਏ ਆ। ਅੱਛਾ, ਤੁਸੀਂ ਸਪੈਸ਼ਲੀ ਆਉਂਦੇ ਹੋ ਇੱਧਰ? ਹਾਂਜੀ। ਅਤੇ ਕੀ ਲੱਗਦਾ ਕਿ ਕਿਹੋ ਜਿਹੀ ਪ੍ਰਾਈਜ਼ ਰੇਂਜ ਹੈਗੇ ਆ? ਅਤੇ ਰੇਂਜ ਬਹੁਤ ਵਧੀਆ ਆ। ਹਾਂਜੀ, ਲੈਸ ਪ੍ਰਾਈਜ਼ ਰੇਂਜ ਬਹੁਤ ਜ਼ਿਆਦਾ ਵਧੀਆ, ਹੋਰ ਸ਼ੋਪ ਨਾਲੋਂ ਜ਼ਿਆਦਾ ਵਧੀਆ ਆ। ਅਤੇ ਕਿੰਨੇ ਕੁ ਦੀ ਸ਼ੋਪਿੰਗ ਕਰਕੇ ਜਾਂਦੇ ਤੁਸੀਂ ਹਰ ਵਾਰੀ? ਪਹਿਲਾਂ ਤਾਂ ਵਿਆਹ ਲਈ ਸ਼ੋਪਿੰਗ ਕਰਕੇ ਗਏ ਸੀਗੇ। ਹਾਂਜੀ, ਸਾਰੇ ਕੱਪੜੇ ਇੱਥੋਂ ਹੀ ਲੈ ਕੇ ਗਏ ਹਾਂ ਅਤੇ ਹੁਣ ਵੀ ਵਿਆਹ ਲਈ ਸ਼ੋਪਿੰਗ ਕਰਨ ਆਏ ਹਾਂ। ਮਤਲਬ ਤੁਸੀਂ ਹਰ ਵਾਰੀ ਪ੍ਰੈਫਰ ਕਰਦੇ ਹੋ ਵੱਡੇ ਡਿਪੂ 'ਤੇ ਆਉਣਾ ਜਦ ਵੀ? ਹਾਂਜੀ ਹਾਂਜੀ, ਪ੍ਰੈਫਰ ਇੱਥੇ ਹੀ ਕਰੀਦਾ ਆਉਣਾ। ਕੀ ਰੀਜ਼ਨ ਹੈ ਕਿ ਤੁਸੀਂ ਹਰ ਵਾਰੀ ਵੱਡੇ ਡਿਪੂ ਹੀ ਆਉਂਦੇ ਹੋ? ਇੱਥੇ ਮਤਲਬ ਪ੍ਰਾਈਜ਼ ਜਿਹੜਾ ਸਾਨੂੰ ਵਧੀਆ ਰੇਂਜ ਤੱਕ ਕੱਪੜਾ ਮਿਲ ਜਾਂਦਾ, ਵਧੀਆ ਕੁਆਲਿਟੀ ਵੀ ਬਹੁਤ ਵਧੀਆ ਮਿਲਦੀ ਆ। ਅਤੇ ਸਾਰੀ ਫੈਮਿਲੀ ਦੀ, ਸਾਰੇ ਟੱਬਰ ਦੀ ਸ਼ੋਪਿੰਗ ਹੋ ਜਾਂਦੀ? ਹਾਂਜੀ ਹਾਂਜੀ। ਕਿੰਨੇ ਕੁ ਪ੍ਰਾਈਜ਼ 'ਚ ਹੋ ਜਾਂਦੀ ਹੈ?
ਹੋ ਜਾਂਦੀ 5,000 ਤੱਕ ਸਾਰਿਆਂ ਦੀ, 5-6,000 ਤੱਕ। ਹਾਂਜੀ ਦੇਖ ਲਓ, ਹੁਣ ਤਾਂ ਕਸਟਮਰਸ ਵੀ ਕਹਿ ਰਹੇ ਆ ਕਿ 5,000 ਦੇ ਅੰਦਰ ਅੰਦਰ ਉਹ ਪੂਰੀ ਫੈਮਿਲੀ ਦੀ ਸ਼ੋਪਿੰਗ ਕਰਕੇ ਚਲੇ ਜਾਂਦੇ ਆ। ਅਤੇ ਆਪਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਾਂ ਸਵੇਰੇ ਤੜਕੇ ਇੱਧਰ ਆ ਕੇ ਖੜ੍ਹ ਜਾਂਦੇ ਹਾਂ, ਅਤੇ ਸਵੇਰੇ ਸਵੇਰੇ ਹੀ ਇੱਥੇ ਇੰਨਾ ਜ਼ਿਆਦਾ ਇਕੱਠ ਲੱਗ ਜਾਂਦਾ ਹੈ। ਉਹੀ ਰੀਜ਼ਨ ਹੈ ਕਿ ਕਈ ਵਾਰੀ ਕਈ ਲੋਕਾਂ ਨੂੰ ਕਈ ਚੀਜ਼ਾਂ ਨਹੀਂ ਮਿਲ ਪਾਉਂਦੀਆਂ, ਕਿਉਂਕਿ ਸਵੇਰੇ ਲੋਕ ਆ ਕੇ ਸ਼ੋਪਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ, ਅਤੇ ਕਈ ਵਾਰੀ ਆਊਟ ਆਫ ਸਟੋਕ ਹੋ ਜਾਂਦੀਆਂ ਨੇ ਚੀਜ਼ਾਂ। ਅਤੇ ਤੁਸੀਂ ਦੇਖ ਸਕਦੇ ਹੋ ਹਰ ਪਾਸੇ ਹਰ ਥਾਂ 'ਤੇ ਤੁਹਾਨੂੰ ਸੂਟ ਹੀ ਸੂਟ ਨਜ਼ਰ ਆਉਣ ਵਾਲੇ ਹੈ। ਤੁਸੀਂ ਬਸ ਸੂਟ ਦਾ, ਕੱਪੜੇ ਦਾ, ਕਲਰ ਦਾ ਨਾਮ ਲੈਣਾ, ਅਤੇ ਤੁਹਾਨੂੰ ਉਹ ਚੀਜ਼ ਵੱਡੇ ਡਿਪੂ 'ਤੇ ਮਿਲ ਜਾਣੀ ਹੈ। ਅਤੇ ਆਪਾਂ ਗੱਲਬਾਤ ਕਰਦੇ ਹਾਂ ਰਾਕੇਸ਼ ਗਾਂਧੀ ਜੀ ਨਾਲ, ਤੁਹਾਨੂੰ ਤਾਂ ਪੁੱਛਦੇ ਹਾਂ ਕਿ ਇਹੋ ਜਿਹੀ ਕਿਹੜੀ ਔਫਰ ਉਹਨਾਂ ਨੇ ਲਾਈ ਹੋਈ ਹੈ ਕਿ ਉਹ ਇੰਨੇ ਸਸਤੇ ਦੇ ਵਿੱਚ ਸਾਰਾ ਕੁਛ ਦੇ ਰਹੇ ਹੈ, ਅਤੇ ਕੀ ਜੇਕਰ ਕੋਈ ਟੱਬਰ ਪੂਰੀ ਸ਼ੋਪਿੰਗ ਕਰਨ ਆਉਂਦਾ ਤਾਂ ਕਿਹੋ ਜਿਹੀ ਔਫਰਸ ਉਹਨੂੰ ਮਿਲਦੇ ਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਇਹ ਨੇ ਰਾਕੇਸ਼ ਗਾਂਧੀ ਜੀ ਜਿਹੜੇ ਆਪਣੇ ਓਨਰ ਨੇ ਬੜੇ ਡਿਪੂ ਦੇ, ਸਰ ਕੀ ਰੀਜ਼ਨ ਹੈ ਕਿ ਤੁਸੀਂ ਇੰਨਾ ਸਸਤਾ ਪ੍ਰਾਈਜ਼ ਲਾਇਆ ਹੋਇਆ ਹਰ ਚੀਜ਼ 'ਤੇ? ਰੀਜ਼ਨ ਕੋਈ ਨਹੀਂ ਹੈਗਾ ਜੀ, ਰੀਜ਼ਨ ਸਿਰਫ ਇੱਕੋ ਇੱਕ ਰੀਜ਼ਨ ਆ, ਇੱਥੇ ਡਾਇਰੈਕਟ ਏਜੰਸੀਆਂ ਤੋਂ ਪਰਚੇਜ਼ ਆ, ਫੈਕਟਰੀਆਂ ਤੋਂ ਡਾਇਰੈਕਟ ਪਰਚੇਜ਼ ਹੁੰਦੀ, ਅਤੇ 5-10 ਰੁਪਏ ਪ੍ਰੋਫਿਟ 'ਤੇ ਹਰ ਚੀਜ਼ ਨੂੰ ਵੇਚਿਆ ਜਾਂਦਾ। ਅਸੀਂ ਘਾਟਾ ਪਾ ਕੇ ਕਦੇ ਕੋਈ ਚੀਜ਼ ਨੂੰ ਨਹੀਂ ਵੇਚਦੇ, ਸਾਡਾ ਪ੍ਰੋਫਿਟ ਇੰਨਾ ਘੱਟ ਕਰਤਾ ਵੀ 5-10 ਰੁਪਏ ਪੀਸ ਨਾਲ ਪ੍ਰੋਫਿਟ ਵੇਚਦੇ। ਜਿਹੜੀ ਚੀਜ਼ ਬਾਜ਼ਾਰ 1500 ਦਾ ਅਸੀਂ ਸੂਟ ਵੇਚਦੇ ਹਾਂ ਨਾ, ਉਹ ਬਾਜ਼ਾਰ ਤੁਹਾਨੂੰ 4,000, ਕੋਈ 5,500, ਕੋਈ 5,000 ਇਸੇ ਕਰਕੇ ਮਿਲਦਾ, ਕਿਉਂਕਿ ਉਹਨਾਂ ਨੇ 2-4 ਸੂਟ ਵੇਚਣੇ ਹੁੰਦੇ ਅਤੇ ਆਪਣੀ ਦਿਹਾੜੀ ਪੂਰੀ ਕਰਨੀ ਹੁੰਦੀ ਆ। ਇਸ ਕਰਕੇ ਸਾਡੇ ਇੱਥੇ ਦਾ ਉਹ ਸਿਸਟਮ ਨਹੀਂ ਹੈ, ਸਾਡੇ ਇੱਥੇ ਸਿਰਫ 5-10 ਰੁਪਏ ਪ੍ਰੋਫਿਟ ਨਾਲ ਵੇਚੀਦਾ, ਅਤੇ ਦਿਹਾੜੀ ਦੇ ਰੋਜ਼ ਦੇ 25-30,000 ਸੂਟ ਵੇਚ ਕੇ ਜਾਣਾ ਹੁੰਦਾ। ਸੋ 5-10 ਰੁਪਏ ਪ੍ਰੋਫਿਟ ਨਾਲ ਹੀ ਸਾਡੇ ਬਹੁਤ ਪੈਸੇ ਬਣ ਜਾਂਦੇ, ਇਸ ਕਰਕੇ ਸਾਨੂੰ ਕੋਈ ਹੇਰਾਫੇਰੀ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਇਮਾਨਦਾਰੀ ਨਾਲ ਕੰਮ ਚੱਲਦਾ ਜੀ। ਅਤੇ ਰਾਕੇਸ਼ ਗਾਂਧੀ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜੇਕਰ ਕੋਈ ਟੱਬਰ ਆਉਂਦਾ ਸ਼ੋਪਿੰਗ ਕਰਨ ਲਈ, ਤਾਂ ਤੁਸੀਂ ਕੀ ਇੱਕ ਪ੍ਰਾਈਜ਼ ਲਿਮਿਟ ਦਿੰਦੇ ਹੋ ਕਿ ਇਸ ਪ੍ਰਾਈਜ਼ ਦੇ ਵਿੱਚ ਉਹ ਪੂਰੀ ਸ਼ੋਪਿੰਗ ਕਰਕੇ ਜਾ ਸਕਦਾ, ਇੱਕ ਪੂਰੀ ਫੈਮਿਲੀ, ਇੱਕ ਨਿਊਕਲੀਅਰ ਫੈਮਿਲੀ ਸ਼ੋਪਿੰਗ ਕਰਕੇ ਜਾ ਸਕਦੀ ਹੈ? ਦੇਖੋ, ਇਹ ਤਾਂ ਕਹਿਣਾ ਬੜਾ ਮੁਸ਼ਕਲ ਆ, ਪਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ, ਜੇ ਉਹਨਾਂ ਨੇ ਸੋਚਿਆ ਹੁੰਦਾ ਵੀ ਉਹਨਾਂ ਦਾ ਬਿੱਲ 1,00,000 ਰੁਪਏ ਬਣੂਗਾ, ਤਾਂ ਇੱਥੇ 30,000 'ਚ ਉਹਨਾਂ ਦੀ ਸ਼ੋਪਿੰਗ ਕੰਪਲੀਟ ਹੋ ਜਾਂਦੀ ਆ। 1,00,000 ਜੇਕਰ ਉਹ ਸੋਚ ਕੇ ਆਏ ਤਾਂ 30,000 ਦੇ ਵਿੱਚ ਉਹ ਪੂਰੀ ਸ਼ੋਪਿੰਗ ਕਰਕੇ ਜਾ ਸਕਦੇ? ਬਿਲਕੁਲ ਪੂਰੀ ਕਰਕੇ ਜਾ ਸਕਦੇ, ਕਾਰਨ ਕੀ ਆ, ਰੇਟ ਬਹੁਤ ਘੱਟ ਹੈਗੇ ਆ, ਉਹਨਾਂ ਦੀ ਸ਼ੋਪਿੰਗ ਵੀ ਪੂਰੀ ਹੋ ਜਾਂਦੀ ਆ। ਕੰਪਲੀਟ ਫੈਮਿਲੀ ਸ਼ੋਰੂਮ ਆ ਇਹ, ਬੱਚਿਆਂ ਦਾ, ਜੈਂਟਸ, ਰੈਡੀਮੇਡ ਸੂਟ, ਲਹਿੰਗੇ, ਸਾੜੀਆਂ। ਹੁਣ ਲਹਿੰਗਾ ਜੇ ਬਾਜ਼ਾਰ 1,00,000-1,25,000 ਦਾ ਮਿਲਦਾ, ਇੱਥੇ ਮਿਲਣਾ ਹੀ 8-10,000, 12,000, 15,000 ਤੱਕ ਮਿਲ ਜਾਣਾ। ਸੋ ਇਹ ਵਰਾਇਟੀ ਦਾ ਉਹਨਾਂ ਦਾ ਫਾਇਦਾ, ਬਹੁਤ ਵੱਡੇ ਫਾਇਦੇ ਹੁੰਦੇ ਆ ਇੱਥੇ ਆ ਕੇ। ਸੋ ਅਗਲੇ ਜਦੋਂ ਬਿੱਲ ਬਣਦਾ, ਅਗਲਾ ਦੇਖ ਕੇ ਹੈਰਾਨ ਰਹਿ ਜਾਂਦਾ, ਮੈਂ ਤਾਂ ਸੋਚਿਆ ਜੀ 1,00,000-1,25,000 ਬਣਨਾ ਬਣਿਆ 30,000। ਸੋ ਇਹ ਫਾਇਦਾ ਹੁੰਦਾ ਕਸਟਮਰ ਦਾ ਜੀ। ਜੇਕਰ ਇੱਕ ਫੈਮਿਲੀ ਨੇ ਨੋਰਮਲ ਕੱਪੜੇ ਲੈਣੇ ਹੋਣ 5-7,000 ਦੇ ਵਿੱਚ, ਉਹ ਲੈ ਕੇ ਜਾ ਸਕਦੇ? ਬਿਲਕੁਲ ਲੈ ਕੇ ਜਾ ਸਕਦੇ, ਕੋਈ ਇੱਕ ਸੂਟ ਵੀ ਚਾਹੀਦਾ ਉਹ ਵੀ ਲੈ ਕੇ ਜਾ ਸਕਦਾ ਜੀ ਇੱਥੋਂ। ਬਿਲਕੁਲ, ਅਤੇ 5,000 ਦੇ ਵਿੱਚ ਇੱਕ ਫੈਮਿਲੀ, ਜੇਕਰ ਆਪਾਂ ਕਹੀਏ ਕਿ 2 adults 2 ਬੱਚੇ ਆਪਣੇ ਕੱਪੜੇ ਲੈ ਕੇ ਜਾ ਸਕਦੇ, ਬਹੁਤ ਵਧੀਆ ਤਰ੍ਹਾਂ ਦੇ ਕੱਪੜੇ ਲੈ ਕੇ ਜਾ ਸਕਦੇ, ਇੱਕ ਸੀਜ਼ਨ ਦੇ ਪੂਰੇ ਕੱਪੜੇ ਉਹ ਲੈ ਕੇ ਜਾ ਸਕਦੇ। 4-5,000 ਦੀ ਸ਼ੋਪਿੰਗ ਦੇ ਵਿੱਚ ਉਹਨਾਂ ਦੇ 4-5 ਸੂਟ ਵੀ ਆ ਸਕਦੇ ਆ, ਰੈਡੀਮੇਡ ਵੀ ਆ ਸਕਦੇ ਆ, ਜਿੱਦਾਂ ਦੀ ਚੀਜ਼ ਲੈਣੀ ਚਾਹੁੰਦੇ ਉਹ ਮਿਲ ਜੂਗੀ ਉਹਨਾਂ ਨੂੰ। ਤੁਸੀਂ ਇੰਨੇ ਘੱਟ ਪ੍ਰਾਈਸਿਸ ਦੇ ਵਿੱਚ ਵੀ, ਮਤਲਬ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਮੇਨ ਏਮ ਇਹੀ ਹੈ ਕਿ ਤੁਸੀਂ ਆਪਣੀ ਪ੍ਰੋਫਿਟ ਵੱਲ ਨਹੀਂ ਦੇਖਣਾ, ਤੁਸੀਂ ਮੇਨ ਆਪਣੀ ਸੇਲਸ ਵਧਾਉਣੀ ਹੈ? ਬਿਲਕੁਲ, ਲਿਟਲ ਪ੍ਰੋਫਿਟ ਮੋਰ ਸੇਲ ਇਜ਼ ਅਵਰ ਮੋਟੋ। ਮੇਨ ਚੀਜ਼ ਇਹੀ ਆ ਵੀ ਬਹੁਤ ਘੱਟ ਪ੍ਰੋਫਿਟ ਦੇ ਨਾਲ ਅਸੀਂ ਚੀਜ਼ ਵੇਚੀ ਦੀ ਆ, ਤਾਂ ਕਿ ਅਗਲੇ ਨੂੰ ਜਿਹੜਾ ਬਾਏ ਕਰਦਾ ਉਹਨੂੰ ਇੰਨਾ ਵਧੀਆ ਲੱਗੇ ਨਾ, ਅਗਲਾ ਸੋਚੇ ਵੀ ਬਾਜ਼ਾਰ 'ਤੇ ਚੀਜ਼ ਇੰਨੀ ਮਹਿੰਗੀ ਸੀ, ਇੱਥੇ ਆ ਕੇ ਅਸੀਂ ਆ ਕਿੱਥੇ ਗਏ ਹਾਂ, ਇਹ ਫਰਕ ਪੈਂਦਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਇਹ ਆਪਾਂ ਗੱਲ ਕੀਤੀ ਰਾਕੇਸ਼ ਗਾਂਧੀ ਜੀ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਕਿੰਨੇ ਸਸਤੇ ਪ੍ਰਾਈਜ਼ ਦੇ ਵਿੱਚ, ਕੀ ਰੀਜ਼ਨ ਹੈ ਕਿ ਵੱਡੇ ਡਿਪੂ 'ਤੇ ਸਾਨੂੰ ਇੰਨੇ ਸਸਤੇ ਪ੍ਰਾਈਜ਼ ਦੇ ਵਿੱਚ ਸਾਰਾ ਕੁਛ ਮਿਲ ਜਾਂਦਾ, ਅਤੇ ਇੱਕ ਇਹ ਫੈਮਿਲੀ ਕੰਪਲੀਟ ਸ਼ੋਰੂਮ ਹੈ। ਅਤੇ ਜੇਕਰ ਤੁਸੀਂ ਵੀ ਔਨਲਾਈਨ ਸ਼ੋਪਿੰਗ ਕਰਨਾ ਚਾਹੁੰਦੇ ਹੋ, ਤੁਹਾਨੂੰ ਸਕਰੀਨ 'ਤੇ ਦਿੱਤੇ ਗਏ ਨੰਬਰ ਹੈਗੇ ਆ, ਤੁਸੀਂ ਇਹਨਾਂ 'ਤੇ ਵਟਸਐਪ ਕਾਲ ਕਰ ਸਕਦੇ ਹੋ। ਤੁਸੀਂ ਕੋਈ, ਜੇਕਰ ਤੁਹਾਨੂੰ ਕੋਈ ਆਰਟੀਕਲ ਪਸੰਦ ਆਇਆ ਹੋਵੇ, ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ। ਤੁਸੀਂ ਇੰਸਟਾਗ੍ਰਾਮ 'ਤੇ ਵੱਡਾ ਡਿਪੂ ਬੰਗਾ ਨੂੰ ਫੋਲੋ ਕਰ ਸਕਦੇ ਹੋ, ਤੁਸੀਂ ਯੂਟਿਊਬ 'ਤੇ ਵੱਡਾ ਡਿਪੂ ਬੰਗਾ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਅਤੇ ਜੇਕਰ ਤੁਸੀਂ
ਕੋਈ ਵੀ ਹੋਰ ਵਰਾਇਟੀ ਦੇਖਣੀ ਹੋਵੇ ਤੁਸੀਂ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ। ਬਸ ਕੋਸ਼ਿਸ਼ ਕਰਿਓ ਕਿ ਤੁਸੀਂ ਸਵੇਰੇ ਛੇਤੀ ਇੱਧਰ ਆ ਜਾਓ, ਕਿਉਂਕਿ ਸਟੋਕ ਬਹੁਤ ਜਲਦੀ ਕਲੀਅਰ ਹੋ ਜਾਂਦਾ ਅਤੇ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀ ਮਿਸ ਹੋ ਜਾਂਦੀਆਂ ਨੇ। ਇਸੇ ਦੇ ਨਾਲ ਮੈਂ ਨੰਦਨੀ ਅਰੋੜਾ ਤੁਹਾਡੇ ਤੋਂ ਲੈਂਦੀ ਹਾਂ ਇਜਾਜ਼ਤ, ਧੰਨਵਾਦ।